आज सच जुगाद सच है भी सच नानक हो से भी सच सोचे सोच न हो गई जे सोची लखवार चुपे चुप न हो गई जे लाए रहा लुतार उखिया भुख न उतरी जे बन्ना मुरिया पार सहस्यान पालक हो गे ता इक न चले नाल किव सचियारा होई किव कूड़े तुटे पाल हुक्म रचाई चलना नानक लिखिया फर्नीचर जंक्शन कैम्ब्रिज दे विच अपने घर नूं नको नक फर्नीचर नाल भरन लई फर्नीचर जंक्शन कैम्ब्रिज 1999 वाला रिकलाइनर सोफा फैब्रिक या लैदर विच $999 नूं कैनेडियन मेड एल शेप डिजाइनर सोफा $2300 वाला $1500 नूं फ्री डिलीवरी कैम्ब्रिज किचनर वाटरलू दे एरिया विच रेडियो दा हवाला देण ते 10% डिस्काउंट मिलेगा 480 हस्पलर रोड बिशप स्ट्रीट दे नेड़े आरबीसी बैंक वाले प्लाजे दे विच फर्नीचर जंक्शन 519-740-3040 ते कॉल करो ਤੁਸੀਂ ਘਰ ਬਾਏ ਕਰਨਾ ਹੈ ਸੈਲ ਕਰਨਾ ਹੈ ਜਾਂ ਇਨਵੈਸਟਮੈਂਟ ਲਈ ਕੋਈ ਪ੍ਰੋਪਰਟੀ ਲੱਭ ਰਹੇ ਹੋ ਵਾਟਰਲੂ ਕਿਚਨਰ ਜਾਂ ਕੈਂਬ੍ਰਿਜ ਦੇ ਏਰੀਆ ਦੇ ਵਿੱਚ ਤਾਂ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸੇਵ ਮੈਕਸ ਸੁਪਰੀਮ ਰੀਅਲ ਅਸਟੇਟ ਇੰਕ ਬ੍ਰੋਕਰੇਜ ਦੇ ਨਾਲ ਕੰਮ ਕਰਦੇ ਆ ਗੌਰਵ ਨਰੂਲਾ ਨੰਬਰ 647-763-0730 ਤੇ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702 V-A-E लाइसेंस नंबर 10394 ਕੀ ਤੁਸੀਂ ਪ੍ਰਾਪਰਟੀ ਦੀ ਭਾਲ ਦੇ ਵਿੱਚ ਹੋ ਘਰ ਬਾਏ ਕਰਨਾ ਹੈ ਸੈਲ ਕਰਨਾ ਹੈ ਜਾਂ ਇਨਵੈਸਟਮੈਂਟ ਲਈ ਕੋਈ ਪ੍ਰੋਜੈਕਟ ਲੱਭ ਰਹੇ ਹੋ ਭਾਵੇਂ ਉਹ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਤੁਹਾਡੀ ਹੈਲਪ ਕਰਨਗੇ ਹੋਮ ਲਾਈਫ ਸੁਪਰਸਟਾਰ ਤੋਂ ਜਸ ਮਾਨ ਜੀ ਫ੍ਰੀ ਹੋਮ ਇਵੈਲੂਏਸ਼ਨ ਵਰਚੁਅਲ ਟੂਰ ਹੋਮ ਵੀਡੀਓਸ ਤੇ ਬੈਸਟ ਨੈਗੋਸ਼ੀਏਸ਼ਨ ਦੇ ਲਈ ਅੱਜ ਹੀ ਸੰਪਰਕ ਕਰੋ ਜਸ ਮਾਨ ਜੀ 647-808-0012 647-808-0012 ਓਹੋ ਜੀ ਮੈਂ ਤਾਂ ਬਹੁਤ ਪਰੇਸ਼ਾਨ ਹਾਂ ਹੁਣ ਆਪਣੀ ਬੇਸਮੈਂਟ ਦਾ ਕੀ ਬਣੂ ਫਰਨੇਸ ਤੇ ਵਾਟਰ ਹੀਟਰ ਜੋ ਪ੍ਰੋਜੈਕਟ ਦੇ ਵਿੱਚ ਆ ਰਹੇ ਆ ਉਹ ਨਾ ਪਰੇਸ਼ਾਨ ਨਾ ਹੋ ਮੈਂ ਹੁਣੇ ਹੀ ਕਾਲ ਕਰਦਾ ਸੁਪਰੀਮ ਐਕਸ ਦੀ ਟੀਮ ਦੇ ਨਾਲ ਜੀ ਬਿਲਕੁਲ ਤੁਹਾਨੂੰ ਵੀ ਸਰਵਿਸਿਜ਼ ਦੀ ਲੋੜ ਪੈ ਗਈ ਹੈ ਹੀਟਿੰਗ ਫਰਨੇਸਿਸ ਫਾਇਰਪਲੇਸ ਹਿਊਮਿਡੀਫਾਇਰ ਵਾਟਰ ਹੀਟਰ 에ਅਰ ਕੰਡੀਸ਼ਨਿੰਗ 에ਅਰ ਕੁਆਲਿਟੀ ਲਈ ਕਾਲ ਕਰੋ ਜੈਵੀ ਬਰਾੜ ਜੀ 343-543-0043-343-543-0043 ਦੂਸਰਾ ਨੰਬਰ ਲੈਵਿਸ਼ ਮਾੜੀਆ ਜੀ 647-615-0488-647-615-0488 ਤੇ ਸੰਪਰਕ ਕਰੋ
ਸਾਨੂੰ ਤੇ ਸਾਡੇ ਸੁਪਨਿਆਂ ਦਾ ਘਰ ਲੈ ਦਿੱਤਾ ਤੇ ਸਾਨੂੰ ਮਿਲਿਆ ਪ੍ਰਾਪਰਟੀ ਚ ਪ੍ਰੋਫਿਟ ਬੈਸਟ ਮੈਨੂੰ ਮਿਲੀ ਵਧੀਆ ਕਮਰਸ਼ੀਅਲ ਪ੍ਰਾਪਰਟੀ ਜੇ ਤੁਹਾਨੂੰ ਵੀ ਇਹ ਚੰਗੀ ਪ੍ਰਾਪਰਟੀ ਦੀ ਭਾਲ ਤਾਂ ਸੰਪਰਕ ਕਰੋ ਰਜਿੰਦਰ ਸਿੰਘ ਨਾਲ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਕੇ ਵਧੀਆ ਪ੍ਰੋਫਿਟ ਚਾਹੁੰਦੇ ਹੋ ਜਾਂ ਪ੍ਰਾਪਰਟੀ ਚ ਚਾਹੀਦੀ ਹੈ ਵਧੀਆ ਗਰੋਥ ਅੱਜ ਹੀ ਕਾਲ ਕਰੋ ਸੇਵ ਮੈਂ ਸੁਪਰੀਮ ਦੇ ਰਜਿੰਦਰ ਸਿੰਘ ਨੂੰ ਸੇਲਸ ਰਿਪ੍ਰੈਜੈਂਟੇਟਿਵ ਰਜਿੰਦਰ ਸਿੰਘ 6476077725 6476077725 ਸਸਕਾਰ ਜੀ ਮੈਂ ਹਾਂ ਤੁਹਾਡੀ ਆਪਣੀ ਪ੍ਰਿਆ ਲਖਨਪਾਲ ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਫੇਵਰੇਟ ਸ਼ੋਅ ਸਾਥ ਰੇਡੀਓ ਟੋਰਾਂਟੋ ਵਿਦ ਯੂਰ ਫੇਵਰੇਟ ਆਰਟਿਸਟ ਰਾਜਿੰਦਰ ਸਿੰਘ ਐਂਡ ਸਰਬਜੀਤ ਸਿੰਘ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਐਂਡ ਗੁੱਡ ਈਵਨਿੰਗ ਜੀ ਸਾਰਿਆਂ ਨੂੰ। ਮੈਂ ਤੁਹਾਡਾ ਛੋਟਾ ਵੀਰ ਰਾਜਿੰਦਰ ਸਿੰਘ ਤੇ ਤੁਸੀਂ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ। ਹੋਰ ਸੁਣਾਓ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਦੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਆਪਣੇ ਬੱਚਿਆਂ ਦੇ ਨਾਲ, ਆਪਣੇ ਯਾਰਾਂ ਦੋਸਤਾਂ ਦੇ ਨਾਲ, ਆਪਦੇ ਭੈਣ ਭਾਈਆਂ ਦੇ ਨਾਲ ਬਹੁਤ ਵਧੀਆ ਟਾਈਮ ਸਪੈਂਡ ਕਰ ਰਹੇ ਹੋਵੋਗੇ ਤੇ ਟਾਈਮ ਨੂੰ ਹੋਰ ਵੀ ਵਧੀਆ ਬਣਾਉਣ ਆ ਗਈ ਹੈ ਸਾਂਝ ਰੇਡੀਓ ਟੋਰਾਂਟੋ ਦੀ ਟੀਮ। ਮੈਂ ਤੁਹਾਡਾ ਹੋਸਟ ਰਜਿੰਦਰ ਸਿੰਘ, ਗੱਲਾਂ ਬਾਤਾਂ ਦਾ ਸਿਲਸਿਲਾ ਪੂਰੇ 10 ਵਜੇ ਤੱਕ ਕਰਾਂਗੇ ਤੇ ਅੱਜ ਇੱਕ ਨਵੀਂ ਚੀਜ਼ ਲੈ ਕੇ ਆਏ ਹੈਗੇ ਆ। ਨਵੀਂ ਚੀਜ਼ ਥੋੜੀ ਜਿਹੀ ਕਾਮੇਡੀ ਵੀ ਹੈ, ਥੋੜੀ ਜਿਹੀ ਇੰਸਪਾਇਰਿੰਗ ਵੀ ਹੈ, ਮੋਟੀਵੇਟਡ ਵੀ ਹੈ। ਇੱਕ ਚਾਈਨੀਜ਼ ਕੈਲੰਡਰ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਮੈਂ, ਤੇ ਤੁਸੀਂ ਨੇ ਮੈਨੂੰ ਆਪਦਾ ਬਰਥ ਈਅਰ ਦੱਸਣਾ ਤੇ ਉਹ ਚਾਈਨੀਜ਼ ਕੈਲੰਡਰ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸੂਗਾ ਵੀ ਕੀ ਕਿਸ ਤਰੀਕੇ ਦੀ ਤੁਹਾਡਾ ਨੇਚਰ ਹੈਗੀ ਹੈ ਜਾਂ ਕਿਸ ਤਰੀਕੇ ਦੇ ਤੁਸੀਂ ਹੈਗੇ ਹੋ ਆਪ। 905-673-3337 ਤੇ ਤੁਸੀਂ ਮੈਨੂੰ ਕਾਲ ਕਰਨੀ ਹੈ ਤੇ ਆਪਣਾ ਈਅਰ ਆਫ ਬਰਥ ਦੱਸਣਾ, ਸਿਰਫ ਈਅਰ ਆਫ ਬਰਥ ਦੱਸ ਦਿਓ। ਵੈਸੇ ਕਹਿੰਦੇ ਹੁੰਦੇ ਨੇ ਵੀ ਕਿਸੇ ਨੂੰ ਪੁੱਛਣਾ ਨਹੀਂ ਚਾਹੀਦਾ ਸਪੈਸ਼ਲੀ ਈਅਰ, ਪਰ ਉਹ ਆਪਾਂ ਗੱਲਾਂ ਬਾਤਾਂ ਕਰਾਂਗੇ, ਹਾਸੀਆਂ ਖੇਡੀਆਂ ਕਰਾਂਗੇ ਤੇ ਇੱਕ ਮੋਟੀਵੇਸ਼ਨਲ ਚੀਜ਼ ਹੈਗੀ ਆ ਉਹਦੇ ਵਿੱਚ, ਉਹ ਤੁਹਾਡੇ ਲਈ ਬੜੀ ਚੰਗੀ ਰਹੂਗੀ। 905-673-3337 ਤੇ ਗੱਲਾਂ ਕਰਾਂਗੇ। ਤੇ ਅੱਜ ਇੱਕ ਗਾਣਾ ਵੀ ਬੜਾ ਵਧੀਆ ਕੱਢ ਕੇ ਲਿਆ, ਉਹ ਤੋਂ ਪਹਿਲਾਂ ਮੈਂ ਤੁਹਾਨੂੰ ਕਰਾਉਣਾ ਡਿਨਰ ਤੇ ਸਾਰਿਆਂ ਨੂੰ ਮੁਬਾਰਕਾਂ, ਕਿਉਂਕਿ ਕੱਲ ਨੂੰ ਸਾਰਾ ਕੁਝ ਓਪਨ ਹੋ ਰਿਹਾ ਹੈਗਾ ਜਿਵੇਂ ਕਿ ਸਭ ਨੂੰ ਪਤਾ ਹੀ ਹੈਗਾ, ਤੇ ਤੰਦੂਰੀ ਬੋਇਜ਼ ਤੇ ਪਹੁੰਚੋ, ਬੜਾ ਕਮਾਲ ਦਾ ਖਾਣਾ ਤੇ ਬੜਾ ਕਮਾਲ ਦੀ ਸਰਵਿਸ ਹੈਗੀ ਆ। ਨੰਬਰ 1 ਖਾਣਾ, ਨੰਬਰ 1 ਸਰਵਿਸ ਤੰਦੂਰੀ ਬੋਇਜ਼ ਦਾ ਨੰਬਰ 905-956-2111 905-956-2111। ਦੇਖੋ ਨੰਬਰ ਮੈਨੂੰ ਯਾਦ ਹੋਇਆ ਪਿਆ, ਉਹਦਾ ਕਾਰਨ ਕੀ ਹੈ, ਕਿਉਂਕਿ ਉੱਥੇ ਹੋਰ ਜਾਣਾ ਆਉਣਾ ਰਹਿੰਦੀ ਹੈ, ਕਿਉਂਕਿ ਖਾਣ ਵਾਲੀ ਜਿਹੜੀ ਜਗ੍ਹਾ ਹੈ ਨਾ, ਕਿਉਂਕਿ ਮੈਂ ਬੜਾ ਫੂਡੀ ਹੈਗਾ ਤੇ ਇਹ ਬਣਾਉਂਦੇ ਨੇ ਕਮਾਲ ਦਾ ਖਾਣਾ ਤੰਦੂਰੀ ਬੋਇਜ਼। 905-956-2111 ਦੇਖੋ ਲੈ। ਹੁਣ ਮੈਂ ਪੁੱਛਿਆ ਤੇ ਸਰੋਤਿਆਂ ਨੇ ਲੱਗ ਗਏ ਨੇ ਕਾਲ ਕਰਨ, ਉਹ ਤੋਂ ਪਹਿਲਾਂ ਮੈਂ 2 ਬੋਲ ਸੁਣਾਦਾ ਕਿ ਬੜਾ ਵਧੀਆ ਬੜਾ ਪਿਆਰਾ ਗਾਣਾ ਕੱਢ ਕੇ ਲਿਆ ਤੁਹਾਡੇ ਲਈ, ਉਮੀਦ ਹੈ ਤੁਹਾਨੂੰ ਪਸੰਦ ਆਊਗਾ। ਕਿਆ ਬਾਤ ਆ, ਸੋਇਓ ਬਈ ਕਲ ਤੋਰਾ ਸਪਿਆ
ਲਓ ਜੀ ਲਓ ਚੱਲਦੇ ਆ ਅਗਲੀ ਕਾਲ ਵੱਲ ਕਿਉਂਕਿ ਸਾਡੇ ਸਰੋਤਿਆਂ ਨੂੰ ਹੋ ਗਈ ਹੈ ਹੁਣ ਵੇਟ ਪੂਰੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ? ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ? ਬਹੁਤ ਵਧੀਆ, ਬਹੁਤ ਵਧੀਆ। ਤੇ ਹਾਂਜੀ ਲਿਆਓ ਫਿਰ ਥੋੜਾ ਈਅਰ ਆਫ ਬਰਥ ਦੱਸੋ, ਤੇ ਇਹ ਜਿਹੜਾ ਚਾਈਨੀਜ਼ ਕੈਲੰਡਰ ਹੈ ਇਹਦੇ ਅਕੋਰਡਿੰਗ ਦੱਸੀਏ ਵੀ ਤੁਹਾਡੀ ਨੇਚਰ ਕਹੀ ਜੀ ਹੈ? 76 ਜੀ, 1976 ਹੈ ਜੀ। ਹਾਂਜੀ ਲਓ ਜੀ 1976 ਦਾ ਕੱਢ ਲੈਂਦੇ ਹਾਂ ਹੁਣੀ, ਕਿਉਂਕਿ ਬੜਾ ਵੱਡਾ ਕੈਲੰਡਰ ਹੈ, ਮੈਨੂੰ ਲੱਭਣਾ ਪੈਣਾ। ਓਕੇ, ਜਿਹੜਾ ਥੋੜਾ ਜੋਡਿਕ ਸਾਈਨ ਹੈ ਨਾ ਉਹ ਡਰੈਗਨ ਹੈ ਜੀ, ਤੇ ਡਰੈਗਨ ਦੇ ਅਕੋਰਡਿੰਗ ਤੁਸੀਂ ਤੁਹਾਡੀ ਨੇਚਰ ਦੇਖਦੇ ਆ ਤੁਹਾਡਾ ਅੱਛਾ, ਬੜੇ ਸਟਰੋਂਗ ਹੋ ਜੀ, ਬੜੇ ਇੰਡੀਪੈਂਡੈਂਟ ਫਿਗਰ ਹੋ, ਫੋਰ ਸਪੋਰਟ ਐਂਡ ਲਵ। ਅੱਛਾ ਕਿਆ ਬਾਤ ਹੈ, ਬਹੁਤ ਸਟਰੋਂਗ ਹੋ ਭਾਜੀ, ਇੱਕ ਇੰਡੀਪੈਂਡੈਂਟ ਹੋ ਕੇ ਚੱਲਦੇ ਹੋ ਹਰ ਚੀਜ਼ ਦੇ ਵਿੱਚ, ਤੇ ਆਪਦੀ ਇੱਕ ਇੰਡੀਵਿਜੁਅਲ ਜਿਹੜੀ ਕੈਟੇਗਰੀ ਬਣਾਈ ਹੋਈ ਹੈ ਆਪਦੀ ਚੀਜ਼ਾਂ ਦੇ ਵਿੱਚ, ਆਪਦੇ ਆਪ ਨੂੰ ਇੱਕ ਡਿਫਰੈਂਟ ਲੈਵਲ ਤੇ ਲੈ ਕੇ ਆਉਣ ਦੇ ਲਈ, ਠੀਕ ਲੱਗ ਰਿਹਾ? ਅੰਦਰੋਂ ਮਨ ਤੋਂ ਬਹੁਤ ਸਟਰੋਂਗ ਹੋ, ਅੰਦਰੋਂ ਮਤਲਬ ਤੁਹਾਨੂੰ ਕੋਈ ਉਹ ਨੀ, ਕੋਈ ਚੀਜ਼ ਕੋਈ ਹਿਲਾ ਨੀ ਸਕਦੀ ਹੈਗੀ ਤੁਹਾਨੂੰ ਕੋਈ ਜਲਦੀ ਜਲਦੀ ਚੀਜ਼। ਕਿਆ ਬਾਤ ਹੈ, ਕਿਆ ਬਾਤ ਹੈ, ਥੈਂਕ ਯੂ ਸੋ ਮਚ। ਚੱਲਦੇ ਹਾਂ ਜੀ ਅਗਲੀ ਕਾਲ ਵੱਲ, ਕਾਲਾਂ 5792। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਕੀ ਹਾਲ ਚਾਲ? ਵਧੀਆ ਜੀ ਵਧੀਆ, ਨਾ ਪਹਿਲੀ ਵਾਰੀ ਕਾਲ ਕੀਤੀ ਹੈ ਜੀ। ਅੱਛਾ ਪਹਿਲੀ, ਅੱਛਾ ਤੁਹਾਡਾ ਵੈਲਕਮ ਕਰਦੇ, ਤੁਹਾਡਾ ਨਾਮ ਦੱਸੋ। ਜਸਪ੍ਰੀਤ ਸਿੰਘ ਹੈ ਜੀ, ਮੈਂ ਕਾਲ ਤੇ ਵੈਸੇ ਕੀਤੀ ਹੈ ਜੀ, ਹਨਾ ਮੈਂ ਮਲੱਠੀ ਲੱਭਦਾ ਸੀ ਇੱਥੇ ਬ੍ਰੈਂਟਨ ਚ, ਮਲੱਠੀ ਨਹੀਂ ਲੱਭਦੀ ਕਿਤੇ। ਅੱਛਾ ਮਲੱਠੀ ਨਹੀਂ ਮਿਲਦੀ, ਤੁਸੀਂ ਉੱਥੇ ਜਾ ਕੇ ਉਹ ਸਬਜ਼ੀ ਮੰਡੀ ਜਾ ਕੇ ਉਹ, ਮੇਰੇ ਹਿਸਾਬ ਨਾਲ ਤੁਹਾਨੂੰ ਮਿਲ ਜਾਣੀ ਉੱਥੇ ਸਬਜ਼ੀ ਮੰਡੀ ਬਵੇੜ ਤੇ ਚੰਗੂਸੀ ਤੇ ਹੈਗੀ ਹੈ। ਓਕੇ ਜੀ, ਹਾਂ ਉੱਥੇ ਲੱਭ ਕੇ ਆਇਓ, ਬਿਲਕੁਲ ਤੁਸੀਂ ਵੀ ਬਹੁਤ ਸਟਰੋਂਗ ਹੋ ਭਾਜੀ ਅੰਦਰ ਤੋਂ, ਬਹੁਤ ਬਿਲਕੁਲ ਆਪਣਾ ਮਤਲਬ ਆਪ ਆਪਣੇ ਆਪ ਚੀਜ਼ਾਂ ਨੂੰ ਕਰਨਾ ਚਾਹੁੰਦੇ ਹੋ, ਰਾਦਰ ਦੈਨ ਕਿਸੇ ਨੂੰ ਕਾਪੀ ਕਰਨ ਦੀ ਬਜਾਏ ਆਪਦੇ ਆਪ ਇੱਕ ਇੰਡੀਵਿਜੁਅਲ ਲੈਵਲ ਤੇ ਚੱਲਣਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ। ਬਿਲਕੁਲ ਤੁਹਾਡਾ ਜੋਡਿਕ ਸਾਈਨ ਹਾਰਸ ਹੈ ਭਾਜੀ, ਤੇ ਹਾਰਸ ਦਾ ਪੜ੍ਹਦੇ ਜਾ ਕੇ ਆਪਾਂ ਵੀ ਹਾਰਸ, ਬਿਲਕੁਲ ਤੁਸੀਂ ਬੜੇ ਫ੍ਰੀ ਹੋ ਜੀ ਅੰਦਰੋਂ ਆਪਦੇ ਮਾਈਂਡ ਤੋਂ, ਬੜੀ ਸੁੱਚੀ ਸੱਚੀ ਸੁੱਚੀ ਸੋਚ ਹੈ ਤੁਹਾਡੀ, ਤੇ ਦੂਜਿਆਂ ਨੂੰ ਬੜੀ ਸਪੇਸ ਦਿੰਦੇ ਹੋ ਜ਼ਿੰਦਗੀ ਦੇ ਵਿੱਚ, ਬੜਾ ਉਹਨਾਂ ਨੂੰ ਉਹਨਾਂ ਦੀ ਇੱਕ ਹਰ ਬੰਦੇ ਨੂੰ ਇੱਕ ਬੰਦੇ ਨੂੰ ਸਮਝਦੇ ਹੋ ਹਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ, ਹੈ ਜੀ? ਠੀਕ ਹੈ ਜੀ, ਓਕੇ ਭਾਜੀ, ਥੈਂਕ ਯੂ। ਬਿਲਕੁਲ ਦੋਸਤੋ, ਕਾਲਾਂ ਸਾਰੀਆਂ ਲਵਾਂਗੇ, 905-673-33-37 ਤੇ ਆ ਜਾਓ, ਗੱਲਾਂ ਬਾਤਾਂ ਕਰੀਏ, ਕਿਉਂਕਿ ਸਾਂਝ ਰੇਡੀਓ ਟੋਰਾਂਟੋ ਨੇ ਅੱਜ ਚਾਈਨੀਜ਼ ਕੈਲੰਡਰ ਕੱਢਿਆ ਹੋਇਆ, ਤੇ ਚਾਈਨੀਜ਼ ਕੈਲੰਡਰ ਦੇ ਅਕੋਰਡਿੰਗ ਆਪਾਂ ਗੱਲਾਂ ਬਾਤਾਂ ਕਰਕੇ, ਬੜੀਆਂ ਮੋਟੀਵੇਟਡ ਚੀਜ਼ਾਂ ਨੇ, ਕਾਫੀ ਵਾਰੀ ਜਦੋਂ ਮੋਟੀਵੇਟਡ ਸਾਡੇ ਬਾਰੇ ਸਾਨੂੰ ਪਤਾ ਲੱਗਦਾ ਨਾ, ਤੇ ਹੋਰ ਜ਼ਿੰਦਗੀ ਦੇ ਵਿੱਚ ਕੁਛ ਕਰਨ ਨੂੰ ਦਿਲ ਕਰਦਾ। ਸਟੂਡੀਓ ਦਾ ਨੰਬਰ 905-673-33-37 ਤੇ ਗੱਲਾਂ ਬਾਤਾਂ ਚੱਲ ਰਹੀਆਂ ਹੈਗੀਆਂ ਨੇ, ਤੇ ਨਾਲ ਦੀ ਨਾਲ ਤੁਹਾਨੂੰ ਨੰਬਰ ਦੇਣਾ ਹੈਗਾ ਮੈਂ ਨੈਟ ਫਰੇਟ ਸਿਸਟਮ ਇਨਕਾਰਪੋਰੇਸ਼ਨ ਦਾ, ਡਰਾਈਵਿੰਗ ਟਰੱਕ ਡਰਾਈਵਿੰਗ ਜੋਬ ਕਰਨੀ ਚਾਹੇ US ਹੋਵੇ, ਚਾਹੇ ਕੈਨੇਡਾ ਹੋਵੇ, ਚਾਹੇ ਲੋਕਲ ਡਰਾਈਵਿੰਗ ਕਰਨੀ ਹੈ, ਨੈਟ ਫਰੇਟ ਸਿਸਟਮ ਇਨਕਾਰਪੋਰੇਸ਼ਨ ਨੂੰ ਫੋਨ ਕਰੋ, ਨਵੀਨ ਗਿੱਲ ਸਾਹਿਬ ਲੀਡ ਕਰ ਰਹੇ ਨੇ, ਬੜਾ ਕਮਾਲ ਦਾ ਕੰਮ ਹੈ। 647-539-1700 ਤੇ ਚੱਲਦੇ ਆ ਅਗਲੀ ਕਾਲ ਵੱਲ, 9410। ਸਤਿ ਸ਼੍ਰੀ ਅਕਾਲ ਜੀ, ਹੈਲੋ ਭਾਜੀ, ਆਵਾਜ਼ ਆ ਰਹੀ ਹੈ? 9410 ਆਵਾਜ਼ ਨਹੀਂ ਆ ਰਹੀ, ਅਗਲੀ ਕਾਲ ਵੱਲ ਚੱਲਦੇ। ਸਤਵੀਰ ਸਾਹਿਬ ਸਤਿ ਸ਼੍ਰੀ ਅਕਾਲ, ਹਾਲ ਚਾਲ? ਬਹੁਤ ਵਧੀਆ, ਪਹਿਲਾਂ ਦੱਸੋ ਫਿਰ ਐਨਵਰਸਰੀ ਕਿਵੇਂ ਰਹੀ? ਐਨਵਰਸਰੀ ਬਹੁਤ ਵਧੀਆ ਵੀਰੇ, ਇੰਜੋਏ ਕੀਤਾ। ਫਿਰ ਸਾਡੀ ਪਾਰਟੀ ਨਹੀਂ ਮਿਲਦੇ ਹੀ ਨਹੀਂ ਯਾਰ, ਨਹੀਂ ਤੁਸੀਂ ਮਿਲਦੇ, ਮੈਂ ਤਾਂ ਬਹੁਤ ਕੋਸ਼ਿਸ਼ ਕਰਦਾ ਮਿਲੀ ਆ। ਹਾਂ ਬਿਲਕੁਲ ਮਿਲਾਂਗੇ, ਬਿਲਕੁਲ ਮਿਲਾਂਗੇ, ਕੋਈ ਚੱਕਰ ਨਹੀਂ ਹੈਗਾ, ਮਿਲਾਂਗੇ ਆਪਾਂ, ਬਿਲਕੁਲ ਮਿਲਾਂਗੇ। ਲਿਆਓ ਫਿਰ ਸਾਨੂੰ ਦੱਸੋ ਫਿਰ 1973 ਅੱਛਾ, ਬੜੇ ਹਾਰਡ ਵਰਕਿੰਗ ਹੋ ਭਾਜੀ, ਬਹੁਤ ਇੰਟੈਲੀਜੈਂਟ ਹੋ, ਬੜੇ ਰਿਲਾਇਬਲ ਹੋ, ਤੇ ਡਿਮਾਂਡਿੰਗ ਨਹੀਂ ਹੈਗੇ ਜ਼ਿਆਦਾ, ਜੋ ਚੀਜ਼ਾਂ ਮਿਲ ਗਈਆਂ ਉਹਦੇ ਵਿੱਚ ਹੀ ਸੈਟਿਸਫਾਈਡ ਹੋਣ ਦੇ ਵਿੱਚ ਸੰਤੁਸ਼ਟੀ ਰੱਖਦੇ ਹੋ।
सही कह दे क्या बात है, क्या बड़ा चंगा लगता जो कोई मोटिवेशनल गल्लां सुनी जांदे आपदे बारे सानू पता हुंदा पर किसे दे होर दे मुंह चो सुन के होर ज्यादा चंगा लगता। क्या बात है, थैंक यू भाई जी, थैंक यू। ओके जी, ओके चलते अगली कॉल वाले 2600। सत श्रीकाल जी। इंटरव्यू है संडे नूं 8 तों 11 हुंदा, बाकी दिन 9 तों 10 हुंदा, एवरीडे हुंदा शो। दसो तुहाडा फिर ईयर 1989 बिल्कुल जी। ए थोड़े बड़ा दूर दी सोचदे हो, बड़ा दूर दा रखदे हो, जिसे नूं प्यार करदे हो दिलों करदे हो, फेक नहीं हैगा थोड़े अंदर, जे करदे हो किसे नूं प्यार है वैसे तां जल्दी जल्दी किसे नाल कनेक्ट नहीं हुंदे, पर जे हो जांदे हो फिर दिलों करदे हो। लगदा चाइनीज कैलेंडर पूरा ठीक है। क्या बात है, क्या बात है, अज पूरियां चीजां मैं कढ के लै आवां, अज श्रोतां नूं दसीए, बिल्कुल क्या बात है, थैंक यू भाजी, थैंक यू। ठीक है, थैंक यू भाजी, रोज सुनिया करो, क्या बात है, थैंक यू। एक कॉल होर चलदे आ 3924। सत श्री अकाल जी। हां जी भाई, सत श्री अकाल, की हाल है? वधिया भाजी, वधिया, तुसीं सुनाओ? मैं वधिया जी, वधिया। हां जी, 1999। क्या बात है, 99 मॉडल है जी, 99 मॉडल जी। ठीक है, थोड़ा हैगा जी, तुसी जिंदगी च सब कुछ करन दी क्षमता रखदे हो, थोड़े अंदर जेड़ी चीजां हैगियां ने, थोड़ा जेड़ा साइन और रैबिट आया, थोड़ा साइन ते रैबिट दे अकॉर्डिंग हर चीज करन दी क्षमता रखदे हो, दूजिया तो हमेशा जिम्मे दूजिया ट्रीट करते हो ना, तुम चाहते हो लोग भी थोड़ा उवे ट्रीट कर, जिमें रिस्पैक्ट तुम लोगों को दिने तो थोड़ा होंगे भी मैनू भी उवे ही प्यार, मैनू भी उवे ही रिस्पैक्ट मिले। ठीक है जी, थैंक यू सो मच भाजी, थैंक यू, थैंक यू, थैंक यू। बिल्कुल दोस्तों, तुसी सुन रहे हो तुहाडा अपना फेवरेट शो सांझ रेडियो टोरंटो, तुहाडे फेवरेट होस्ट रजिंदर सिंह दे नाल, ते फेसबुक एंड यूट्यूब ते भी इस टाइम तुसी देख भी सकते हो, सुन भी सकते हो, ते कल नूं सांझ रेडियो टोरंटो दे उत्ते फिरोज खान साहब आ रहे ने, ते भुलना नहीं वीडियो कॉल होनी है, वीडियो इंटरव्यू होनी है, इस करके यूट्यूब ते फेसबुक नूं हुणी फॉलो करना स्टार्ट कर दो, क्योंकि उदों नोटिफिकेशन तुहाडे कोले पहुंच जानी है। रात को 8 बजे 8 तो 11 शो चलना है, तो फिरोज खान साहब ऑलमोस्ट 9 बजे के करीब आएंगे, तो 1 घंटे की ऑलमोस्ट 1 घंटे की अपनी इंटरव्यू चलनी है, फेसबुक यूट्यूब हुणी जाके फॉलो करो, तो नाल दी नाल इक साडे नाल छोटा एक साडा गैसट हैगा उहनूं भी लैके आउणे आ, तो बिल्कुल जी मेरी बेटी है, वह कहिंदी है जी मैं 1 मिनट बोलना रेडियो पर, तो लो जी मेरी बेटी नूं सुणाउणा तुहानूं। हाँ जी बोलो। दोबारा बोलो, माइक बंद हो गया सी, दोबारा बोलो। नंबर देना चाहना मैं उमरप्रीत चावला जी का, थोड़ी देर से कॉल से भी आने वाले ने अपने नाल, लाइफ इंश्योरेंस की गलबात की जाए, क्रिटिकल इलनेस इंश्योरेंस बच्चों वास्ते, RESP RRSP मॉर्गेज इंश्योरेंस लोन प्रोटेक्शन इंश्योरेंस की गलबात करनी है, उमरप्रीत चावला जी नाल गलबात की जा सकती है, 647-446-1616 647-446-1616 से गलबात कर सकते हो। तो चलते हैं अगली कॉल वल, भवजोत सिंह। सत श्री अकाल जी। सत श्री अकाल। सत श्री अकाल जी, की हाल चाल? हाल चाल बहुत वधिया भाजी, तुसी सुनाओ? बहुत वधिया, मैं अज बड़े दिन बाद कॉल लाई, पहला अपनी गल गुल हो जांदी सी, अज मैं नहीं, किथे फिर किथे बिजी रहे तुसी फिर?
ਨਾ ਵੀਰ ਸੁਣਦੇ ਹੋ ਟਰੱਕ ਤੇ ਸੁਣ ਲਈਦਾ ਸੀ ਅੱਜ ਵੀਕਐਂਡ ਤੇ ਫਰੈਂਡਸ ਨੂੰ ਮਿਲ ਕੇ ਦੁਬਾਰਾ ਕੇਂਬਰੀ ਜਾ ਰਿਹਾ ਸੀ ਘਰ ਨੂੰ ਅੱਛਾ ਤੁਹਾਡਾ ਲਾਇਆ ਸੀ ਮੈਂ ਕਿਹਾ ਚੱਲ ਮੈਂ ਕਿਹਾ ਸੁਣ ਲਈਏ ਮੈਂ ਕਿਹਾ ਅੱਜ 9 ਵੱਜ ਗਏ ਆ ਚੱਲ ਕਾਲ ਕਰ ਲਈ ਅੱਜ ਵੀਰੇ ਨੂੰ ਕਾਲ ਨਹੀਂ ਨਹੀਂ ਬਹੁਤ ਜ਼ਰੂਰੀ ਹੈ ਸਗੋਂ ਘਰੇ ਵੀ ਸੁਣਿਆ ਕਰੋ ਕਿਉਂਕਿ ਆਪਣਾ ਤਾਂ ਸ਼ੋਅ ਲਾਈਵ ਚੱਲਦਾ ਫੇਸਬੁੱਕ ਐਂਡ ਯੂਟਿਊਬ ਤੇ ਬੱਚਿਆਂ ਦੇ ਨਾਲ ਸੁਣਿਆ ਕਰੋ ਹਾਂਜੀ ਹਾਂਜੀ ਜ਼ਰੂਰ ਲਿਆਓ ਹਾਂਜੀ ਈਅਰ ਦੱਸੋ ਲਿਆਓ ਬਾਈ ਜੀ 89 ਵੀਰੇ 89 ਲਓ ਜੀ ਤੁਹਾਡੇ ਬਾਰੇ ਦੱਸਦੇ ਆ ਬੜਾ ਬੜਾ ਡੂੰਘੀ ਸੋਚ ਵਾਲੇ ਇਨਸਾਨ ਹੋ ਬੜੀ ਡੂੰਘੀ ਸੋਚ ਵਾਲੇ ਇਨਸਾਨ ਹੋ ਕਾਫੀ ਵਾਰ ਥੋੜਾ ਜਿਹਾ ਕੰਪਲੈਕਸ ਵੀ ਹੋ ਜਾਂਦਾ ਕਨਫਿਊਜ਼ਨ ਵੀ ਹੋ ਜਾਂਦੀ ਹੈ ਚੀਜ਼ਾਂ ਦੇ ਵਿੱਚ ਪਰ ਬਹੁਤ ਡੀਪ ਬੜਾ ਲੰਬਾ ਸੋਚਦੇ ਹੈਗੇ ਹੋ ਤੇ ਜਿਹਨੂੰ ਵੀ ਪਿਆਰ ਕਰਦੇ ਹੋ ਬੜੇ ਦਿਲੋਂ ਪਿਆਰ ਕਰਦੇ ਹੋ ਐਵੇਂ ਫੇਕ ਵਾਲਾ ਕੰਮ ਨਹੀਂ ਹੈਗਾ ਜਿਵੇਂ ਸਾਨੂੰ ਸਾਂਝ ਰੇਡੀਓ ਟ੍ਰਾਂਟੋ ਨੂੰ ਪਿਆਰ ਕਰਦੇ ਹੋ ਦਿਲੋਂ ਹੀ ਕਰਦੇ ਹੋ ਤੁਸੀਂ ਮੈਨੂੰ ਪਤਾ ਹੈ ਫੇਸਬੁੱਕ ਐਂਡ ਯੂਟਿਊਬ ਦੇ ਉੱਤੇ ਕਿਆ ਬਾਤ ਹੈ ਸਾਡੇ ਬਾਈ ਜੀ ਰਵੀ ਕਾਂਤ ਸ਼ਰਮਾ ਜੀ ਗੁੜਗਾਓਂ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਪਿਆਰ ਸਾਡੇ ਸਰੋਤਿਆਂ ਦਾ ਇੱਕ ਹੋਰ ਕਾਲ ਵੱਲ ਚੱਲਦੇ ਆ ਗਗਨਦੀਪ ਸਿੰਘ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਵਧੀਆ ਭਾਜੀ ਉੱਪਰ ਕਰਦਾ ਸੀ ਮੈਂ ਤਾਂ ਪਲਾਜ ਤੇ ਲਾ ਕੇ ਗੱਡੀ ਸਾਈਡ ਤੇ ਮੈਂ ਕਿਹਾ ਭਾਜੀ ਨੂੰ ਪੁੱਛੀਏ ਕਿਆ ਬਾਤ ਆ ਲਿਆਓ ਜੀ ਤੁਸੀਂ ਤਾਂ ਬਹੁਤ ਵਧੀਆ ਕੰਮ ਕਰਦੇ ਹੋ ਲੋਕਾਂ ਨੂੰ ਭੁੱਖੇ ਲੋਕਾਂ ਨੂੰ ਰਜਾਉਣੇ ਹੋ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਥੈਂਕ ਯੂ ਭਾਜੀ ਹਾਂਜੀ ਨਹੀਂ ਨਹੀਂ ਬਿਲਕੁਲ ਭਾਜੀ ਬਹੁਤ ਮਿਹਨਤ ਵਾਲਾ ਕੰਮ ਹੈ ਤੇ ਪਰਮਾਤਮਾ ਤੁਹਾਡੀ ਮਿਹਨਤ ਨੂੰ ਰੰਗ ਲਾਵੇ ਤੇ ਹਮੇਸ਼ਾ ਤਰੱਕੀਆਂ ਵੱਲ ਨੂੰ ਵਧੋ ਥੈਂਕ ਯੂ ਭਾਜੀ ਹਾਂਜੀ ਲਿਆਓ ਨੰਬਰ ਈਅਰ ਲਿਆਓ 1992 ਜੀ 92 ਵੈਰੀ ਗੁੱਡ ਤੇ ਕਿਆ ਬਾਤ ਹੈ ਤੁਹਾਡਾ ਵੀ ਸਾਈਨ ਵੀ ਬੜਾ ਵਧੀਆ ਕਮਾਲ ਦਾ ਤੇ ਇਹ ਬੜੇ ਮਜ਼ਾਕੀਆ ਹੋ ਭਾਜੀ ਤੁਸੀਂ ਇੱਕ ਤਾਂ ਬੜੇ ਲਾਈਟ ਹਟਣ ਕੋਈ ਬਾਹਲਾ ਦਿਲ ਤੇ ਨਹੀਂ ਲੈਂਦੇ ਗੱਲਾਂ ਨੂੰ ਤੇ ਮਜ਼ਾਕ ਬਹੁਤ ਕਰਦੇ ਹੋ ਯਾਰਾਂ ਦੋਸਤਾਂ ਦੇ ਨਾਲ ਜਾਂ ਐ ਨੀ ਪਤਾ ਵੀ ਕਿਹੜੇ ਟਾਈਮ ਫੇਸ ਤੋਂ ਕਈ ਵਾਰ ਤੁਹਾਡੇ ਨਹੀਂ ਪਤਾ ਲੱਗਦਾ ਹੈਗਾ ਪਰ ਤੁਸੀਂ ਕਦੋਂ ਕਿਸੇ ਨਾਲ ਮਜ਼ਾਕ ਕਰ ਲਓ ਜਿਵੇਂ ਪ੍ਰੈਂਕਸਟਰਸ ਹੁੰਦੇ ਨੇ ਤੁਸੀਂ ਉਵੇਂ ਹੋ ਉਵੇਂ ਮਜ਼ਾਕ ਮਜ਼ੂਕ ਕਰਦੇ ਰਹਿਣੋ ਇਹ ਠੀਕ ਹੈ ਸਹੀ ਗੱਲ ਹੈ ਭਾਜੀ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਇਹ ਯਾਦ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ ਤੁਹਾਡੇ ਅੰਦਰ ਐਬਿਲਿਟੀ ਹੈ ਤੁਹਾਡੇ ਸਾਰੇ ਸੁਪਨਿਆਂ ਨੂੰ ਪੂਰੇ ਕਰਨ ਦੀ ਤੁਹਾਡੇ ਅੰਦਰ ਜਿੰਨੇ ਵੀ ਤੁਸੀਂ ਸੁਪਨੇ ਲੈਂਦੇ ਹੋ ਨਾ ਜਿੰਨੇ ਵੀ ਸੁਪਨੇ ਤੁਸੀਂ ਸੋਚੇ ਹੋਏ ਨੇ ਤੁਹਾਡੇ ਅੰਦਰ ਉਹ ਪਾਵਰ ਹੈ ਉਹ ਪਾਵਰ ਨੂੰ ਕਦੇ ਮਰਨ ਨਹੀਂ ਦੇਣਾ ਉਹ ਪਾਵਰ ਤੁਹਾਨੂੰ ਉੱਥੇ ਤੁਹਾਡੇ ਸੁਪਨਿਆਂ ਤੱਕ ਲੈ ਕੇ ਜਾਊਗੀ ਰਜਿੰਦਰ ਸਿੰਘ ਦੇ ਨਾਲ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਵੀ ਕੱਲ ਨੂੰ ਫਿਰੋਜ਼ ਖਾਨ ਸਾਹਿਬ ਵੀਡੀਓ ਕਾਲ ਹੋਣੀ ਹੈ ਯੂਟਿਊਬ ਤੇ ਫੇਸਬੁੱਕ ਨੂੰ ਫੋਲੋ ਕਰੋ ਜੋ ਕਿ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਵੀ ਫਿਰੋਜ਼ ਖਾਨ ਸਾਹਿਬ ਪਹੁੰਚ ਚੁੱਕੇ ਨੇ ਬਿਲਕੁਲ ਕੱਲ ਨੂੰ ਉਹਨਾਂ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋ ਰਿਹਾ ਹੈਗਾ ਸਾਂਝ ਰੇਡੀਓ ਟੋਰਾਂਟੋ ਦੇ ਪਲੇਟਫਾਰਮ ਤੋਂ ਗੱਲਾਂ ਬਾਤਾਂ ਕਰਾਂਗੇ ਉਹਨਾਂ ਤੋਂ ਲਾਈਵ ਗਾਣੇ ਸੁਣਾਂਗੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ ਤੇ ਨਾਲ ਦੀ ਨਾਲ ਨੰਬਰ ਨੋਟ ਕਰੋ ਟਰੱਕ ਡਰਾਈਵਰੀ ਸਿੱਖਣੀ ਹੈ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ $500 ਦਾ ਡਿਸਕਾਊਂਟ ਸਾਂਝ ਰੇਡੀਓ ਟੋਰਾਂਟੋ ਦੇ ਰੈਫਰੈਂਸ ਤੇ ਮਿਲੂਗਾ ਜੋਬ ਲਗਵਾ ਕੇ ਦੇਣਗੇ ਤੰਗ ਨਹੀਂ ਕਰਦੇ ਪੈਸੇ ਦੇਣੇ ਜ਼ਰੂਰ ਨੇ ਕੰਮ ਲੈਣਾ ਤਾਂ ਪੈਸੇ ਤਾਂ ਦੇਣੇ ਪੈਣਗੇ ਪਰ ਤੰਗ ਨਹੀਂ ਕਰਦੇ ਇੱਕ ਪਰਿਵਾਰ ਦਾ ਨਾਮ ਹੈ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਨੰਬਰ ਨੋਟ ਕਰ ਲਓ 647-296-3438 647-296-3438 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇਸ ਟਾਈਮ ਵੀ ਤੁਸੀਂ ਫੇਸਬੁੱਕ ਐਂਡ ਯੂਟਿਊਬ ਦੇ ਉੱਤੇ ਮੈਨੂੰ ਲਾਈਵ ਦੇਖ ਸਕਦੇ ਹੈਗੇ ਹੋ ਬਕਾਇਦਾ ਫਿਰੋਜ਼ ਖਾਨ ਸਾਹਿਬ ਦੀ ਫੋਟੋ ਫੋਟੋ ਵੀ ਲਾਈਵ ਹੋਈ ਆ ਪ੍ਰੋਪਰ ਆਪਾਂ ਨੇ ਕਿਉਂਕਿ ਕੱਲ ਨੂੰ ਫਿਰੋਜ਼ ਖਾਨ ਸਾਹਿਬ ਪਹੁੰਚ ਰਹੇ ਨੇ ਸਾਂਝ ਰੇਡੀਓ ਟੋਰਾਂਟੋ ਤੇ ਚੱਲਦੇ ਹਾਂ ਅਗਲੀ ਕਾਲ 2530 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਵਧੀਆ ਭਾਜੀ ਵਧੀਆ ਜੀ ਲਿਆਓ ਈਅਰ ਲਿਆਓ 59 ਕਿਆ ਬਾਤ ਹੈ ਕਿਆ ਬਾਤ ਹੈ ਤੁਹਾਡੇ ਬਾਰੇ ਦੱਸਦੇ ਹਾਂ ਬਿਲਕੁਲ ਜੀ ਕਿਆ ਬਾਤ ਹੈ ਭਾਜੀ ਤੁਹਾਡੀ ਪਰਸਨੈਲਿਟੀ ਬਹੁਤ ਘੈਂਟ ਹੈ ਜੀ ਵੈਸੇ ਤਾਂ ਤੁਹਾਡੀ ਆਵਾਜ਼ ਦੇ ਵਿੱਚ ਹੀ ਬੜੀ ਪਰਸਨੈਲਿਟੀ ਤੁਹਾਡੀ ਝਲਕਦੀ ਹੈ ਤੁਹਾਡੀ ਆਵਾਜ਼ ਹੀ ਬੜੀ ਮੈਨੂੰ ਬੜੀ ਵਧੀਆ ਲੱਗੀ ਤੁਹਾਡੀ ਆਵਾਜ਼ ਸੁਣ ਕੇ ਇੱਕ ਤਾਂ ਬੜੀ ਵਧੀਆ ਪਰਸਨੈਲਿਟੀ ਹੈ ਤੁਹਾਡੀ ਬੜੀ ਸੋਹਣੀ ਪਰਸਨੈਲਿਟੀ ਹੈ ਤੇ ਨਾਲ ਬੜਾ ਜ਼ਿੰਦਗੀ ਜਿਹੜੀ ਹੈਗੀ ਹੈ ਨਾ ਉਹ ਬੜੀ ਕਮਾਲ ਦੀ ਹੈ ਤੁਹਾਡੀ ਬਾਹਲਾ ਲੋਡ ਲੈਣ ਵਾਲੇ ਬੰਦੇ ਨੀ ਜ਼ਿੰਦਗੀ ਦੇ ਵਿੱਚ ਹਰ ਚੀਜ਼ ਕਰਨ ਦੀ ਸ਼ਮਤਾ ਰੱਖਦੇ ਹੋ ਤੇ ਅੱਗੇ ਵੱਧਦੇ ਹੋ ਹਮੇਸ਼ਾ ਠੀਕ ਹੈ ਜੀ ਮਤਲਬ ਜੋ ਬੋਲਿਆ ਮੈਂ ਤੁਹਾਨੂੰ ਠੀਕ ਲੱਗਿਆ ਐਵੇਂ ਚੱਲਦੀ ਹੈ ਜ਼ਿੰਦਗੀ ਬਿਲਕੁਲ 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 ਮਿਊਜ਼ਿਕ ਵੀ ਸੁਣਦੇ ਰਹੋ
स्वैग से करेंगे सबका स्वागत। बिल्कुल 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 पूरे स्वैग नाल ते बिल्कुल दोस्तों रिस्पेक्ट प्यार एक दूजे नूं असीं ने देना प्यार वंडदे रहो। सांझे रेडियो टोरंटो दा मेन जिहड़ा पॉलिसी है एक दूजे नूं रिस्पेक्ट दो एक दूजे नूं बराबरता दो जिन्ना भी हो सके प्यार वंडो रिस्पेक्ट वंडो कोई गलबात हो भी जावे इग्नोर करके अगे वधो। 905-673-3337 तुहाडा अपना फेवरेट शो ते बिल्कुल मैसेजेस भी फेसबुक एंड यूट्यूब दे उते रमनदीप कौर 1986 रमनदीप कौर जी लिख रहे ने 1986 ते 1986 दे अकॉर्डिंग तुसी मैनू लगदा हैगे हो बिल्कुल टाइगर जी क्या बात है ते टाइगर दा आपां पढ़दे हां बड़े दलेर हो जी बड़े एक्टिव हो ते हमेशा तैयार रहने चैलेंजेस वास्ते ते एडवेंचरस बड़े हो लाइफ दे विच पूरा एडवेंचर चाहते हो पूरी मस्ती ते पर दलेर बहुत हो बहुत दलेर। 905-673-3337 चलते हैं अगली कॉल वाल। गौरव शर्मा साहब सत श्री अकाल जी। नमस्ते जी नमस्ते की हाल चाल है जी। नमस्ते जी नमस्ते ठीक ठाक तुसी सुनाओ। चढ़दी कला जी। चलो परमात्मा हमेशा थोनू चढ़दी कला च रखे। हाँ जी हाँ जी 78 जी 78 एक मिनट जी 78 हुणी कढ लैने आपां। बड़े फ्री हो माइंड तो भी दिल तो भी बड़े हर बंदे नूं पूरी स्पेस दिंदे हो जिंदगी दे विच आप भी पूरा मतलब प्यार करदे भी हो ते प्यार दी चाहने भी हो भी हर बंदा उसे तरीके नाल इक दूजे नूं सेम नजर नाल देखे। बिल्कुल जी बिल्कुल नैना जी कॉन्टेक्ट नंबर है जी 905-673-3337 905-673 नैना जी लिख रहे ने बिल्कुल नंबर नोट कर लो हुंदल नैना जी प्लीज कन्फर्म 905-673-3337 ते नंबर बड़े आ रहे है ने। सिमरन जी 1995 दा बिल्कुल जी कढ़ के दिना थोनू मैं 1995 दे हिसाब नाल क्या बात है साढ़े स्रोते तो कमाल करी जांदे ने अज ते तुहाडे बारे भी दसदे हैगे आ ते नाल दी नाल कॉलां भी लैने आ। बिल्कुल जी तुहाडे अकॉर्डिंग बड़े बहुत वधिया कमाल दी परसनैलिटी है जी तुहाडी सिमरन जी बहुत वधिया परसनैलिटी हैगी है ते बिल्कुल बड़ी वधिया लाइफ हैगी है ते हर चीज जिंदगी च पा लैनी है जिहे जे भी सुपने देखोगे। 905-673-3337 अगली कॉल मलहन सत श्री अकाल जी। सत श्री अकाल मलहन साहब। सत श्री अकाल जी की हाल चाल भाजी। वधिया तुसीं सुणाओ जी। वधिया भाजी वधिया। हां जी भाजी 1948 क्या बात है आजादी तो एक साल बाद ही है जी। हां जी हां जी लो जी लो तुहाडा भी दसदे आं आपां बड़ी जल्दी मतलब थोड़ा जो दिमाग है ना बड़ी जल्दी सोच लैंदे हो किसी भी चीज नूं क्विक थिंकर हो किसी भी चीज से काम करने लिए बड़ा रब ने थोनू बड़ा वधिया दिमाग दिता होया ते जिंदगी च सक्सैस हैगे भी हो ते रहोगे भी जिंदगी दे विच ते दूजी चीज हैगी भी बड़ा आपदे आप नूं बड़ा पीसफुल ते क्वाइट रहिंदे हो ज्यादा बोलदे नहीं हैगे ज्यादा बोलण च नहीं ओह रखदे हैगे काम करन च वैल्यू करदे हो ते बड़ी पीसफुल लाइफ आपदी बतीत करदे हो। ठीक है जी सारे लवांगे ते नाल दी नाल स्नेहे देने भी बड़े जरूरी ने ते सुनते रहो सांझ रेडियो टोरंटो। बिल्कुल 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 सारी रात नचांगे क्या बात है
ਬਿਲਕੁਲ ਜੀ ਬਿਲਕੁਲ ਬਿਲਕੁਲ ਸਿੰਗਰ ਪਰਮਜੀਤ ਕੌਰ ਜੀ ਦਾ ਵੀ ਮੈਸੇਜ ਆਇਆ ਉਹਨਾਂ ਨੇ ਜਦੋਂ ਈਅਰ ਭੇਜਿਆ 1964 ਤੇ ਬਿਲਕੁਲ ਉਹਨਾਂ ਦਾ ਵੀ ਪਤਾ ਕਰਦੇ ਆ ਹੁਣੀ ਕਿਉਂਕਿ ਉਹ ਸਾਡੇ ਮੇਨ ਅੰਬੈਸਡਰ ਨੇ ਸਾਡੇ ਸਾਂਝ ਰੇਡੀਓ ਟੋਰਾਂਟੋ ਦੇ ਬ੍ਰਾਂਡ ਅੰਬੈਸਡਰ ਨੇ ਤੇ ਉਹਨਾਂ ਦੇ ਲਈ ਬਿਲਕੁਲ ਜੀ ਉਹਨਾਂ ਦਾ ਵੀ ਬੜਾ ਕਮਾਲ ਦਾ ਹੈਗਾ ਤੇ ਉਹਨਾਂ ਦੇ ਲਈ ਉਹਨਾਂ ਦਾ ਜਿਹੜਾ ਹੈਗਾ ਬੜੇ ਸਟਰੋਂਗ ਨੇ ਜੀ ਆਪਣੀਆਂ ਸਾਰੀਆਂ ਚੀਜ਼ਾਂ ਆਪ ਕਰਨ ਦੀ ਹਿੰਮਤ ਰੱਖਦੇ ਨੇ ਕਿਸੇ ਦੂਜੇ ਤੇ ਛੱਡਣ ਦੀ ਬਜਾਏ ਆਪ ਕਰਨ ਦੀ ਹਿੰਮਤ ਰੱਖਦੇ ਨੇ ਤੇ ਬੜਾ ਸਪੋਰਟ ਹਰ ਬੰਦੇ ਨੂੰ ਬੜੀ ਸਪੋਰਟ ਦਿੰਦੇ ਹੈਗੇ ਨੇ ਪਿਆਰ ਕਰਦੇ ਨੇ ਰਿਸਪੈਕਟ ਕਰਦੇ ਨੇ ਤੇ ਸੇਮ ਚੀਜ਼ਾਂ ਹੀ ਆਪ ਭਾਲਦੇ ਨੇ ਤੇ ਕਰਨੀਆਂ ਵੀ ਚਾਹੀਦੀਆਂ ਰਿਟਰਨ ਉਵੇਂ ਹੀ ਹੋਣਾ ਚਾਹੀਦਾ 905-673-3337 905-673-3337 ਤੇ ਆਪਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਨਾਲ ਦੀ ਨਾਲ ਮੈਂ ਦੱਸਦਾ ਸਾਂਝ ਰੇਡੀਓ ਟੋਰਾਂਟੋ ਟਿਕਟੋਕ ਦੇ ਉੱਤੇ ਵੀ ਲਾਈਵ ਹੈਗਾ ਉੱਥੇ ਵੀ ਆ ਜਾਓ ਫੇਸਬੁੱਕ ਤੇ ਵੀ ਲਾਈਵ ਹੈਗਾ ਯੂਟਿਊਬ ਤੇ ਵੀ ਲਾਈਵ ਹੈਗਾ ਤੇ ਚੱਲਦੇ ਆ ਅਗਲੀ ਕਾਲ ਵੱਲ ਦਿਲਪ੍ਰੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਸ ਵਧੀਆ ਜੀ ਵਧੀਆ ਹਾਂਜੀ ਲਿਆਓ ਈਅਰ ਲਿਆਓ ਈਅਰ ਹੈਗਾ ਜੀ 91 ਤੇ ਇੱਕ ਹੋਰ ਹੈ ਜੀ 52 ਦੋ ਹੀ ਆ ਅੱਛਾ ਦੋ ਲਿਆਏ ਕੋਈ ਗੱਲ ਨਹੀਂ ਪਹਿਲਾਂ 91 ਤੇ ਚੱਲਦੇ ਆ ਲਓ ਜੀ ਲਓ ਕੀ ਬਾਤ ਹੈ ਬੜੇ ਪਿਆਰ ਕਰਦੇ ਹੋ ਜੀ ਤੁਹਾਨੂੰ ਵੀ ਲੋਕ ਬਹੁਤ ਪਿਆਰ ਕਰਦੇ ਨੇ ਤੇ ਕੋਈ ਅੰਦਰ ਤੁਹਾਡੇ ਅੰਦਰ ਲਾਲਚ ਨਹੀਂ ਹੁੰਦਾ ਕੋਈ ਲਾਲਚ ਰੱਖ ਕੇ ਕਿਸੇ ਨਾਲ ਯਾਰੀ ਦੋਸਤੀ ਨਹੀਂ ਜਾਂ ਪਿਆਰ ਨਹੀਂ ਪਾਉਂਦੇ ਹੈਗੇ ਬੜਾ ਬੜਾ ਜੇ ਪਿਆਰ ਆ ਤਾਂ ਪਿਆਰ ਹੈ ਤੇ ਦੂਜਿਆਂ ਵਾਸਤੇ ਸੋਚਦੇ ਹੋ ਬਹੁਤ ਜ਼ਿਆਦੇ ਭਾਵੇਂ ਤੁਹਾਡੇ ਆਪਦੇ ਖਿਲਾਫ ਚੱਲੀ ਜਾਵੇ ਚੀਜ਼ ਪਰ ਤੁਸੀਂ ਦੂਜੇ ਦਾ ਮਾੜਾ ਨਹੀਂ ਹੋਣ ਦਿਓਗੇ ਬੜੀ ਵਧੀਆ ਪਰਸਨੈਲਿਟੀ ਹੈ ਤੁਹਾਡੀ ਇਹ ਇਹੋ ਜੀ ਪਰਸਨੈਲਿਟੀ ਬਹੁਤ ਘੱਟ ਲੋਕਾਂ ਦੀ ਹੁੰਦੀ ਹੈ ਜਿਹੜੇ ਬੰਦੇ ਆਪਦਾ ਨੁਕਸਾਨ ਕਰ ਜਾਂਦੇ ਨੇ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਣ ਦਿੰਦੇ ਇਹ ਚੀਜ਼ ਮੇਨਟੇਨ ਹੋਣੀ ਬਹੁਤ ਔਖੀ ਹੈ ਪਰ ਤੁਹਾਡੇ 'ਚ ਰੱਬ ਨੇ ਇਹ ਚੀਜ਼ ਦਿੱਤੀ ਹੈ ਇਹ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਥੈਂਕ ਯੂ ਬਿਲਕੁਲ ਦੋਸਤੋ ਤੁਸੀਂ ਸੁਣ ਰਹੇ ਤੁਹਾਡਾ ਆਪਣਾ ਫੇਵਰਟ ਸ਼ੋਅ ਸਾਂਝ ਰੇਡੀਓ ਟੋਰਾਂਟੋ ਬਿਲਕੁਲ ਕਾਲਾਂ ਪੂਰੀਆਂ ਲਵਾਂਗੇ ਅਜੇ ਕਾਲ ਕੋਈ ਨਹੀਂ ਛੱਡਦੇ ਇੱਕ ਕਾਲ ਹੋਰ ਲੈਂਦੇ ਆ ਸਤਵੀਰ ਸਾਹਿਬ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਭਾਜੀ ਲਿਆਓ ਹੋਰ ਨੰਬਰ ਲੈ ਕੇ ਆਇਓ ਮੈਨੂੰ ਲੱਗਦਾ ਨਹੀਂ ਵੀਰੇ ਮੈਂ ਤਾਂ ਹੋਰ ਗੱਲ ਕਰਨੀ ਆ ਮੈਂ ਕਿਹਾ ਯਾਰ ਜਦੋਂ ਵਾਹਿਗੁਰੂ ਮਿਹਰ ਕਰਦਾ ਨਾ ਕਿਸੇ ਤੇ ਇੱਕ ਆਸ਼ੀਰਵਾਦ ਜ਼ਰੂਰ ਦਾ ਬੇਟੀ ਹੁੰ ਘਰ ਚ ਹੋਵੇ ਨਾ ਜਦੋਂ ਹਾਂ ਉਹਦੇ ਵਰਗੀ ਅਸੀਸ ਕੋਈ ਨਹੀਂ ਬਿਲਕੁਲ 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 ਨਹੀਂ ਬਿਲਕੁਲ ਬਿਲਕੁਲ ਮੈਨੂੰ ਤਾਂ ਬੜਾ ਇਹ ਚੀਜ਼ ਦਾ ਮੈਂ ਬਹੁਤ ਮੰਨਦਾ ਹੈਗਾ ਤੇ ਬੱਚਿਆਂ ਦਾ ਹੀ ਬਹੁਤ ਵਧੀਆ ਪਿਆਰੀ ਹੈ ਜੇ ਬੱਚੀ ਤੁਹਾਡੀ ਲਵ ਗੋਡ ਬਲੈਸ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਨਹੀਂ ਕਰਨਾ ਚਾਹੀਦਾ ਜੀ ਰੱਬ ਦਾ ਰੂਪ ਹੁੰਦੇ ਨੇ ਤੇ ਥੈਂਕ ਯੂ ਸੋ ਮਚ ਬਿਲਕੁਲ ਮੈਂ ਤਾਂ ਹੀ ਮੰਨਦਾ ਭਾਜੀ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਬਿਲਕੁਲ ਦੋਸਤੋ ਬੱਚੇ ਸਾਰੇ ਬਹੁਤ ਪਿਆਰੇ ਹੁੰਦੇ ਨੇ ਤੇ ਬੱਚਿਆਂ ਨੂੰ ਪੈਦਾ ਹੀ ਕਰਨਾ ਇੱਕ ਸਾਡੀ ਡਿਊਟੀ ਨਹੀਂ ਹੁੰਦੀ ਜਿਵੇਂ ਸਾਡੇ ਮਾਪੇ ਹੁਣ ਤੱਕ ਸਾਡੇ ਲਈ ਬਹੁਤ ਕੁਝ ਮੈਂ ਕਹਿੰਦਾ ਹਜੇ ਵੀ ਹਰ ਚੀਜ਼ ਸਪੋਰਟ ਲਈ ਹਰ ਟਾਈਮ ਰੈਡੀ ਰਹਿੰਦੇ ਨੇ ਤੇ ਸਾਨੂੰ ਸਪੈਸ਼ਲੀ ਜਿਹੜੀਆਂ ਏਸ਼ੀਅਨਸ ਫੈਮਿਲੀਜ਼ ਦੇ ਵਿੱਚ ਜਿਹੜਾ ਇਹ ਕਨੈਕਟ ਹੈਗਾ ਵੈਸੇ ਤਾਂ ਸਾਰੀਆਂ ਫੈਮਿਲੀਜ਼ 'ਚ ਹੀ ਹੁੰਦਾ ਪਰ ਏਸ਼ੀਅਨ ਫੈਮਿਲੀਜ਼ ਕੁਝ ਜ਼ਿਆਦਾ ਹੀ ਕਰਦੀਆਂ ਨੇ ਆਪਦੇ ਬੱਚਿਆਂ ਦਾ ਤੇ ਬੱਚਿਆਂ ਨੂੰ ਵੀ ਸੇਮ ਹੀ ਆਪਦੇ ਮਾਪਿਆਂ ਨੂੰ ਰਿਸਪੈਕਟ ਤੇ ਪਿਆਰ ਦੇਣਾ ਚਾਹੀਦਾ 905-673-3337 ਤੇ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਚੱਲਦੇ ਅਗਲੀ ਕਾਲ ਵੱਲ ਗੁਰਦੀਪ ਸਾਹਿਬ ਸਤਿ ਸ੍ਰੀ ਅਕਾਲ ਹਾਂਜੀ ਭਾਜੀ 1978 ਜੀ ਹਾਂਜੀ ਓਕੇ ਲਓ ਜੀ ਇੱਕ ਮਿੰਟ ਦਿਓ ਮੈਨੂੰ ਤੇ ਬਿਲਕੁਲ ਭਾਜੀ ਬੜੇ ਫ੍ਰੀ ਸਪਿਰਿਟ ਦੇ ਬੰਦੇ ਹੋ ਫ੍ਰੀ ਮਾਈਂਡ ਤੋਂ ਵੀ ਫ੍ਰੀ ਹੋ ਕੋਈ ਬਾਹਲਾ ਲੋਡ ਨਹੀਂ ਲੈਂਦੇ ਹੈਗੇ ਤੇ ਬੜਾ ਪਿਆਰ ਕਰਦੇ ਹੋ ਇੱਕ ਦੂਜੇ ਨੂੰ ਦੂਜਿਆਂ ਨੂੰ ਤੇ ਦੂਜਿਆਂ ਤੋਂ ਵੀ ਸੇਮ ਚੀਜ਼ ਹੀ ਭਾਲਦੇ ਹੋ ਹਾਂਜੀ ਕਿਆ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਦਿਲਪ੍ਰੀਤ ਸਾਹਿਬ ਹਾਂਜੀ ਦਿਲਪ੍ਰੀਤ ਸਾਹਿਬ ਭਾਈ ਮੈਂ ਦੁਬਾਰਾ ਕਾਲ ਕਰ ਰਿਹਾ 1952 ਰਹਿ ਗਿਆ ਸੀ ਮੇਰੀ ਮਦਰ ਦਾ ਡੇਟ ਆਫ ਬਰਥ ਹੈ ਅੱਛਾ ਸੌਰੀ ਮੈਂ ਤਾਂ ਕਾਲ ਕੱਟੀ ਗਈ 52 ਤੇ ਚੱਲਦੇ ਆ ਜੀ ਲਓ ਇਹ ਤਾਂ ਬੜਾ ਕਮਾਲ ਹੈ ਇਹਨਾਂ ਦੀ ਪਰਸਨੈਲਿਟੀ ਦਾ ਤੇ ਇਹਨਾਂ ਦੀ ਬੜੇ ਸਟਰੋਂਗ ਨੇ ਜੀ ਇਹ ਮੈਨੂੰ ਲੱਗਦਾ ਜੇ ਉਰੇ ਤੱਕ ਤੁਸੀਂ ਪਹੁੰਚੋ ਇਹਨਾਂ ਕਰਕੇ ਪਹੁੰਚੋ ਬਿਲਕੁਲ ਕਿਉਂਕਿ ਇਹਨਾਂ ਦੀ ਬੜੀ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਸਾਰੇ ਪਰਿਵਾਰ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਰਿਸਪੋਂਸੀਬਿਲਟੀ ਹੈ ਇਹਨਾਂ ਦੀ ਤੇ ਬੜਾ ਬੜੇ ਪਿਆਰ ਵੀ ਕਰਦੇ ਨੇ ਤੇ ਸਪੋਰਟ ਵੀ ਕਰਦੇ ਨੇ ਹਰ ਚੀਜ਼ ਦੇ ਵਿੱਚ ਤੇ ਸੇਮ ਚੀਜ਼ ਹੀ ਆਪਦੇ ਬੱਚਿਆਂ ਤੋਂ ਤੇ ਆਪਦੇ ਪਰਿਵਾਰ ਤੋਂ ਭਾਲਦੇ ਨੇ ਬਿਲਕੁਲ ਸਹੀ ਕਿਹਾ ਜੀ ਦਮ ਲੱਗ ਰਿਹਾ ਜੀ ਨਹੀਂ ਇਹ ਚੀਜ਼ ਐਵੇਂ ਨੀ ਚਾਈਨੀਜ਼ ਕੈਲੰਡਰ ਬੜੇ ਕਮਾਲ ਦੀ ਚੀਜ਼ ਹੈ ਥੈਂਕ ਯੂ ਭਾਜੀ ਥੈਂਕ ਯੂ ਓਕੇ ਭਾਜੀ ਓਕੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਫਵਾਦ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਮੈਂ ਕੁਝ 35 40 ਕਾਲਾਂ ਬਣਾਈਆਂ ਤੇ ਫੇਰ ਮਿਲੇ ਜੇ ਫੋਨ ਓ
ਬਾਅਦ ਮਿਲਦਾ ਪਿਆ ਜੀ। ਓ ਕੀ ਬਾਤ ਹੈ, ਇਹ ਸਾਂਝ ਰੇਡੀਓ ਟੋਰਾਂਟੋ ਦੇ ਸਰੋਤਿਆਂ ਦਾ ਪਿਆਰ ਹੈ। ਸਾਡੇ ਨਾਲ ਪਿਆਰ ਹੈ। ਮੈਂ ਦੇਖਦਾ 1966 ਦਾ ਦੇਖਦਾ 1966। ਕੀ ਬਾਤ ਹੈ, 1966 ਦਾ ਵੀ ਨੰਬਰ ਵੀ ਬੜਾ ਵਧੀਆ ਹਾਰਸ ਹੈਗਾ ਜੀ। ਤੇ ਬਿਲਕੁਲ ਭਾਜੀ, ਬੜੇ ਜਿਹਨੂੰ ਕਹਿੰਦੇ ਹੁੰਦੇ ਨਾ ਬੜੇ ਰਲੋਟੇ ਬੰਦੇ ਹੋ, ਬੜੇ ਰਿਲੈਕਸ ਰਹਿਣ ਵਾਲੇ ਬੰਦੇ ਹੋ, ਕੰਮ ਸਾਰੇ ਕਰ ਲੈਣੇ ਜ਼ਿੰਦਗੀ ਦੇ ਵਿੱਚ, ਪਰ ਲੋਡ ਲੈ ਕੇ ਨਹੀਂ ਕਰਨੇ, ਪਹੁੰਚਣਾ ਹਰ ਜਗ੍ਹਾ ਤੇ ਹੈ ਪਰ ਟੈਨਸ਼ਨ ਲੈ ਕੇ ਨਹੀਂ। ਉਹੀ ਜੀ ਤੁਹਾਡੀ ਪਰਸਨੈਲਿਟੀ ਹੈਗੀ, ਬੜੀ ਕਮਾਲ ਦੀ ਪਰਸਨੈਲਿਟੀ ਹੈ। ਤੇ ਹਰ ਬੰਦੇ ਨੂੰ ਸਪੇਸ ਦਿੰਦੇ ਹੋ ਜ਼ਿੰਦਗੀ ਦੇ ਵਿੱਚ, ਹਰ ਬੰਦੇ ਦੀ ਅਲੱਗ ਤੋਂ ਜਗ੍ਹਾ ਬਣਾਈ ਹੋਈ ਹੈ ਜ਼ਿੰਦਗੀ ਚ। ਬਿਲਕੁਲ ਦੋਸਤੋ, ਇੱਕ ਛੋਟੀ ਜੀ ਕਾਲ ਹੋਰ ਲੈਂਦੇ ਆ, ਫਿਰ ਤੁਹਾਨੂੰ ਗਾਣਾ ਵੀ ਸੁਣਾਉਣੇ ਆ। ਸਮਾਈਲੀ, ਇਹ ਬੜਾ ਵਧੀਆ ਨਾਮ ਲਿਖਿਆ। ਹਾਂਜੀ ਸਰ ਜੀ, ਫਾਈਨਲੀ ਯੂ ਗਾਟ ਮਾਈ ਕਾਲ, ਦੈਟਸ ਅ ਗੁੱਡ ਥਿੰਗ। ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਲਿਆਓ ਜੀ ਈਅਰ ਆਫ ਬਰਥ ਲਿਆਓ। 1989 ਲਓ ਜੀ, ਲਓ ਹੁਣੀ ਲੈਂਦੇ ਆ। ਬੜੀ ਵਧੀਆ ਪਰਸਨੈਲਿਟੀ ਆ ਤੁਹਾਡੀ ਵੀ ਜੀ। ਬੜਾ ਜਿਹੜਾ ਜਿਹੜੀ ਸੋਚਣੀ ਆ ਉਹ ਬੜੀ ਦੂਰ ਦੀ ਸੋਚ ਹੈ, ਬਹੁਤ ਦੂਰ ਦੀ ਸੋਚ ਹੈ। ਤੇ ਜੇ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਦਿਲੋਂ ਕਰਦੇ ਹੋ, ਨਹੀਂ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ। ਦਿਲੋਂ ਹੈ ਸਾਰਿਆਂ ਨਾਲ ਰਿਸ਼ਤਾ, ਜਿਹਨਾਂ ਨਾਲ ਵੀ ਹੈਗਾ, ਨਹੀਂ ਹਰ ਬੰਦੇ ਨੂੰ ਨੀ ਉਹ ਕਨੈਕਟਡ ਹੈਗੇ, ਪਰ ਜਿਹਦੇ ਨਾਲ ਹੈਗੇ ਹੋ ਤਾਂ ਦਿਲੋਂ ਫੇਕ ਵਾਲਾ ਕੰਮ ਨੀ ਹੈਗਾ। ਸਹੀ ਕਿਹਾ ਜੀ, ਜਸ ਮਾਨ ਜੀ ਦਾ ਨੰਬਰ ਦੁਬਾਰਾ ਨੋਟ ਕਰੋ। ਜਸ ਮਾਨ ਜੀ ਬੜਾ ਕਮਾਲ ਦਾ ਕੰਮ ਕਰ ਰਹੇ ਨੇ GTA ਦੇ ਵਿੱਚ, GTA ਦੇ ਵਿੱਚ ਬਹੁਤ ਕਮਾਲ ਦਾ ਕੰਮ ਕਰ ਰਹੇ ਨੇ। ਤੇ ਨਾਲ ਦੀ ਨਾਲ ਜਿਹੜੀ ਵੱਡੀ ਚੀਜ਼ ਹੈਗੀ ਹੈ, ਆਈਫੋਨ ਗਿਫਟ ਕਰਨਗੇ ਤੁਹਾਨੂੰ, ਆਈਫੋਨ ਗਿਫਟ ਕਰਨਗੇ। ਤੇ ਆਈਫੋਨ ਕਿਹੜਾ ਦੇਣਗੇ ਉਹ ਤੁਸੀਂ ਇਹਨਾਂ ਨੂੰ ਗੱਲ ਕਰਨੀ ਹੈਗੀ ਹੈ। ਇਹਨਾਂ ਥਰੂ ਪ੍ਰੋਪਰਟੀ ਖਰੀਦੋ, ਵੇਚੋ ਜਾਂ ਇਨਵੈਸਟ ਕਰੋ। ਨੰਬਰ ਨੋਟ ਕਰੋ, 647-800-012, 647-800-012। ਛੋਟੀ ਛੋਟੀਆਂ ਕਾਲਾਂ ਲਵਾਂਗੇ। 7679 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਬਸ ਵਧੀਆ ਭਾਈ, ਤੁਸੀਂ ਦੱਸੋ? ਵਧੀਆ ਭਾਜੀ, ਵਧੀਆ, ਬਹੁਤ ਵਧੀਆ ਚੱਲ ਰਿਹਾ। ਥੈਂਕ ਯੂ ਜੀ, ਥੈਂਕ ਯੂ। ਤੇ ਜਿਹੜੀ ਗੁੜੀਆ ਦੀ ਆਵਾਜ਼ ਸੁਣੀ ਉਹਨਾਂ ਤੇ ਕਹ ਲਓ ਦਿਨ ਹੀ ਬਣ ਗਿਆ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਬਹੁਤ ਪਿਆਰੀ ਹੈ ਜੀ। ਹਾਂਜੀ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ। ਲਿਆਓ ਜੀ, ਇਹ ਲਿਓ। ਬਸ 92 ਆ ਭਾਜੀ। 92, ਕੀ ਬਾਤ ਹੈ, ਲਓ ਜੀ ਲਓ। ਹੁਣ ਥੋੜਾ ਇਹਦਾ ਦੱਸਦੇ ਆ ਆਪਾਂ ਅੱਜ। ਬੜੇ ਮਜ਼ਾਕੀਆ ਹੋ ਭਾਜੀ ਤੁਸੀਂ, ਤੇ ਬੜਾ ਦਿਲ ਦਿਲ ਦੇ ਵਿੱਚ, ਦਿਲ ਦੇ ਉੱਤੇ ਕੋਈ ਬੜਾ ਲੋਡ ਨਹੀਂ ਲੈਂਦੇ ਹੈਗੇ, ਬੜੇ ਲਾਈਟ ਹਟਣ ਹੋ। ਬਿਲਕੁਲ ਹਾਂਜੀ, ਤੇ ਸਾਰੇ ਸੁਪਨਿਆਂ ਨੂੰ ਜ਼ਿੰਦਗੀ ਦੇ ਵਿੱਚ, ਜਿੰਨੇ ਸੁਪਨੇ ਲਏ ਨੇ ਜਾਂ ਲੈਣੇ ਨੇ, ਸਾਰੇ ਸੁਪਨਿਆਂ ਨੂੰ ਪੂਰੇ ਕਰਨ ਦੀ ਸ਼ਮਤਾ ਤੁਹਾਡੇ ਅੰਦਰ। ਪਰਮਾਤਮਾ ਸਾਰੇ ਸੁਪਨੇ ਪੂਰੇ ਕਰੂਗਾ। ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਚੱਲਦੇ ਇੱਕ ਹੋਰ ਕਾਲ, 9172 ਸਤਿ ਸ਼੍ਰੀ ਅਕਾਲ ਜੀ। ਬੜੀ ਬਿਊਟੀਫੁਲ, ਬੜਾ ਵਧੀਆ ਪਰਸਨੈਲਿਟੀ ਤੁਹਾਡੀ, ਬੜੀ ਕਮਾਲ ਦੀ ਹੈ ਜੀ। ਤੇ ਰੱਬ ਨੇ ਤੁਹਾਨੂੰ ਬੜਾ ਤੁਹਾਡੇ ਤੇ ਦਾਤ ਬਖਸ਼ੀ ਹੋਈ ਹੈ, ਤੁਹਾਡੀ ਜਿਹੜੀ ਲਾਈਫ ਵੀ ਹੈ ਉਹ ਵੀ ਬੜੀ ਨਜ਼ਾਰੇਦਾਰ ਹੈ। ਠੀਕ ਹੈ ਜੀ, ਬਿਲਕੁਲ ਬਿਲਕੁਲ, ਕਿਆ ਬਾਤ ਹੈ, ਥੈਂਕ ਯੂ ਭਾਜੀ, ਥੈਂਕ ਯੂ। ਬਿਲਕੁਲ, ਥੋੜਾ ਜਿਹਾ ਮਿਊਜ਼ਿਕ ਨਾਲ ਦੀ ਨਾਲ ਤੁਹਾਨੂੰ ਸੁਣਾਉਣਾ, ਗਾਣੇ ਵੀ ਚੱਲਦੇ ਰਹਿਣੇ ਚਾਹੀਦੇ ਨੇ, ਨਾਲ ਨਾਲ ਗਾਣੇ ਵੀ ਚੱਲਦੇ ਰਹਿਣੇ ਚਾਹੀਦੇ ਨੇ। ਇਹ ਗਾਣੇ ਦੀ ਫਰਮਾਇਸ਼ ਆਈ ਹੈ ਜੀ। ਹਵਾ ਵੀ ਗੀਤ ਗਾਉਗੀ, ਫਿਰ ਵਕਤ ਦੀ ਹਵਾ ਵੀ ਗੀਤ ਗਾਉਗੀ। ਜਦੋਂ ਅੱਜ ਮੈਂ ਵਜਾ ਕੇ ਲੈ ਗਿਆ ਨੀ ਬੱਦਲਾਂ ਦੇ ਕਾਲਜੇ ਚ, ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ, ਜਦੋਂ ਸੌਣ ਦੀ ਝੜੀ ਚ ਤੈਨੂੰ ਗਾ ਕੇ ਲੈ ਗਿਆ, ਬੱਦਲਾਂ ਦੇ ਕਾਲਜੇ ਚ ਅੱਗ ਲੱਗ ਜੂਨੀ, ਜਦੋਂ ਸੌਣ ਦੀ ਝੜੀ ਚ ਤੈਨੂੰ ਗਾ ਕੇ ਲੈ ਗਿਆ।
ਕਿਆ ਬਾਤ ਹੈ ਕਿਆ ਬਾਤ ਹੈ ਤੇ ਲਓ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ ਸਿਕਿਓਰ ਲਾਈਫ ਏਜੰਸੀ ਤੋਂ ਤੇ ਗੱਲਬਾਤ ਕਰਦੇ ਆ ਇੰਸ਼ੋਰੈਂਸ ਦੇ ਬਾਬਤ ਨੰਬਰ ਨੋਟ ਕਰ ਲਓ ਪਹਿਲਾਂ ਤਾਂ 6474646166 ਲਾਈਫ ਇੰਸ਼ੋਰੈਂਸ ਬਾਰੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬੱਚਿਆਂ ਵਾਸਤੇ ਆਰਈਐਸਪੀ ਆਰਆਰਐਸਪੀ ਮੋਰਗੇਜ ਇੰਸ਼ੋਰੈਂਸ ਲੋਨ ਪ੍ਰੋਟੈਕਸ਼ਨ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਆ ਤੇ ਉਮਰਪ੍ਰੀਤ ਚਾਵਲਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ 647-446-1616 ਤੇ ਆਓ ਕਰਦੇ ਆ ਵੈਲਕਮ ਸਤਿ ਸ੍ਰੀ ਅਕਾਲ ਉਮਰਪ੍ਰੀਤ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮਚ ਰਜਿੰਦਰ ਜੀ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮਾਰਕੀਟ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਕਿਹੜਾ ਅੱਜ ਟਿਪ ਲੈ ਕੇ ਆਏ ਹੋ ਕਿਹੜੀ ਅੱਜ ਇਨਫੋਰਮੇਸ਼ਨ ਲੈ ਕੇ ਆਏ ਹੋ ਜਿਹੜੀ ਸਾਡੇ ਸਰੋਤਿਆਂ ਨੂੰ ਅਸੀਂ ਜਾਣਕਾਰੀ ਦੇ ਸਕੀਏ ਤੇ ਇਹਦੇ ਵਾਸਤੇ ਇੰਸ਼ੋਰੈਂਸ ਵਾਸਤੇ ਤਿਆਰ ਕਰ ਸਕੀਏ ਪਲੀਜ਼ ਜੀ ਬਿਲਕੁਲ ਆਪਾਂ ਹਮੇਸ਼ਾ ਹੀ ਡਿਫਰੈਂਟ ਇੰਸ਼ੋਰੈਂਸ ਪਲਾਨ ਦੀ ਗੱਲ ਕਰਦੇ ਹਾਂ ਸੋ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਤਿੰਨਾਂ ਦਾ ਤੁਸੀਂ ਕੰਬੀਨੇਸ਼ਨ ਚ ਪਲਾਨ ਲੈਣਾ ਜਾਂ ਤਿੰਨਾਂ ਚ ਮਨੀ ਬੈਕ ਪਲਾਨ ਲੈਣਾ ਸੁਪਰਵੀਜ਼ਾ ਇੰਸ਼ੋਰੈਂਸ ਦੇ ਰਿਲੇਟਡ ਕੋਈ ਕੁਐਸਚਨ ਹੈਗਾ ਪੇਰੈਂਟਸ ਨੂੰ ਸੁਪਰਵੀਜ਼ਾ ਤੇ ਬੁਲਾਉਣਾ ਤਾਂ ਸੁਪਰਵੀਜ਼ਾ ਇੰਸ਼ੋਰੈਂਸ ਜਿਹੜੀ ਹੈਗੀ ਮੈਂਡੇਟੋਰੀ ਇੰਸ਼ੋਰੈਂਸ ਹੈ ਜਾਂ ਤੁਹਾਡੇ ਕੋਈ ਵਿਜ਼ਟਰ ਆ ਰਿਹਾ ਉਹਦੀ ਮੈਡੀਕਲ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਤੁਸੀਂ ਆਪ ਵਰਕ ਪਰਮਿਟ ਤੇ ਹੈਗੇ ਹਜੇ ਕੈਨੇਡੀਅਨ ਹੈਲਥ ਕਾਰਡ ਨਹੀਂ ਹੈਗਾ ਤਾਂ ਮੇਕ ਸ਼ੋਰ ਕਰੋ ਵੀ ਆਪਣੀ ਮੈਡੀਕਲ ਇੰਸ਼ੋਰੈਂਸ ਤੁਸੀਂ ਜ਼ਰੂਰ ਕਰਵਾਈ ਹੋਏ ਨੰਬਰ ਹੈ ਜੀ 6474446-1616 ਹੋਮ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਹੈਗੀ ਜੀ ਆਉਣ ਵਾਲੇ ਟਾਈਮ ਦੇ ਵਿੱਚ ਏਜ ਐਟ ਲਾਇਸੈਂਸ ਹੋਲਡਰ ਹੋ ਜਾਂ ਕੋਈ ਹੋਰ ਲਾਇਸੈਂਸ ਹੈਗਾ ਤੁਹਾਡੇ ਕੋਲ ਨਰਸਿੰਗ ਦਾ ਟੀਚਿੰਗ ਦਾ ਤਾਂ ਵੀ ਸਪੈਸ਼ਲ ਡਿਸਕਾਊਂਟਡ ਰੇਟਸ ਹੈਗੇ ਸਾਡੇ ਕੋਲ ਤੁਸੀਂ ਜ਼ਰੂਰ ਇੱਕ ਵਾਰ ਗੱਲ ਕਰਕੇ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਤੇ ਅੱਜ ਦਾ ਜਿਹੜਾ ਮੈਂ ਗੱਲ ਕਰਨੀ ਚਾਹੁੰਦੀ ਹਾਂ ਜੀ ਡਿਸੇਬਿਲਟੀ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਇੰਸ਼ੋਰੈਂਸ ਲੈਣ ਤੋਂ ਪਹਿਲੇ ਦੇਖੋ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਕਿ ਸਾਡੀ ਮੰਥਲੀ ਇਨਕਮ ਜ਼ਰੂਰ ਰਿਪਲੇਸ ਆਪਾਂ ਕੀਤੀ ਹੋਏ ਸਪੈਸ਼ਲੀ ਜਦੋਂ ਆਪਾਂ ਸੈਲਫ ਇੰਪਲੋਇਡ ਹੁੰਦੇ ਹਾਂ ਚਾਹੇ ਟਰੱਕਿੰਗ ਚ ਚਾਹੇ ਰੈਨੋਵੇਸ਼ਨ ਜਾਂ ਕੰਸਟਰਕਸ਼ਨ ਦਾ ਬਿਜ਼ਨਸ ਹੈ ਸਕਿੱਪ ਓਵਰ ਕਰਦੇ ਜਾਂ ਕੋਈ ਸਟੋਰ ਓਨਰ ਹੈਗੇ ਕਿਉਂਕਿ ਜਦੋਂ ਆਪਾਂ ਸੈਲਫ ਇੰਪਲੋਇਡ ਹੁੰਦੇ ਹਾਂ ਸਾਡੇ ਕੋਲ ਕੋਈ ਹੋਰ ਬੈਨੀਫਿਟ ਨਹੀਂ ਹੁੰਦਾ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ ਸਲਿਪ ਐਂਡ ਫਾਲ ਹੋ ਗਿਆ ਜਾਂ ਕੋਈ ਸਿਕਨੈਸ ਹੀ ਹੋ ਗਈ ਦੋ ਚਾਰ ਛੇ ਮਹੀਨੇ ਕੰਮ ਤੇ ਨਹੀਂ ਜਾ ਸਕਦੇ ਤਾਂ ਐਟਲੀਸਟ ਸਾਡੇ ਘਰ ਦਾ ਖਰਚਾ ਜ਼ਰੂਰ ਚੱਲਦਾ ਰਹੇ ਸੋ ਇਨਕਮ ਰਿਪਲੇਸਮੈਂਟ ਜਦੋਂ ਇਹਨੂੰ ਕਹਿੰਦੇ ਆ ਜੀ ਉਹਦਾ ਮਤਲਬ ਇਹ ਹੈਗਾ ਵੀ ਆਪਣੀ ਟੈਕਸੇਬਲ ਇਨਕਮ ਦੇ ਬੇਸਿਸ ਤੇ ਆਪਾਂ ਨੂੰ ਇੰਸ਼ੋਰੈਂਸ ਮਿਲਦੀ ਹੈ ਤੇ ਕਲੇਮ ਦੇ ਟਾਈਮ ਸਾਨੂੰ ਆਪਣੀ ਇਨਕਮ ਦਾ ਪ੍ਰੂਫ ਦੇਣਾ ਪੈਂਦਾ ਹੁਣ ਜਦੋਂ ਆਪਾਂ ਸੈਲਫ ਇੰਪਲੋਇਡ ਹੈਗੇ ਸਪੈਸ਼ਲੀ ਜੇ ਆਪਾਂ ਟਰੱਕਿੰਗ ਦੇ ਵਿੱਚ ਜਾਂ ਰੈਨੋਵੇਸ਼ਨ ਦੇ ਬਿਜ਼ਨਸ ਦੀ ਗੱਲ ਕਰੀਏ ਆਪਾਂ ਆਪਣੀ ਟੈਕਸੇਬਲ ਇਨਕਮ ਬਹੁਤ ਘੱਟ ਸ਼ੋਅ ਕੀਤੀ ਹੁੰਦੀ ਹੈ ਟਰੱਕਿੰਗ ਵਾਲਿਆਂ ਦੀ ਜੇ ਮੈਂ ਕਹਾਂ ਜੇ 2,000 ਦੀ ਆਪਾਂ ਇੰਸ਼ੋਰੈਂਸ ਲਈ ਕੁਆਲੀਫਾਈ ਕਰਦੇ ਹੁੰਦੇ ਆ ਮੋਸਟਲੀ ਟਰੱਕਿੰਗ ਵਾਲਿਆਂ ਨੇ ਲਈ ਵੀ 2,000 ਦੀ ਹੁੰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ 2,000 ਚ ਕਿਤੇ ਵੀ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਪਰ ਮੰਥ ਦੇ ਮੋਰਗੇਜ ਆ ਸਾਡੇ ਗੱਡੀਆਂ ਦੀ ਇੰਸਟਾਲਮੈਂਟ ਜਾਂਦੀ ਆ ਸੋ ਡਿਸੇਬਿਲਟੀ ਇੰਸ਼ੋਰੈਂਸ ਦੇ ਨਾਲ ਨਾਲ ਆਪਾਂ ਲੋਨ ਇੰਸ਼ੋਰੈਂਸ ਵੀ ਲੈ ਸਕਦੇ ਹਾਂ ਜਿਸ ਚ ਇਹ ਹੈਗਾ ਕਿ ਤੁਹਾਡੀ ਮੋਰਗੇਜ ਦੀ ਕੋਈ ਮੰਥਲੀ ਪੇਮੈਂਟ ਜਾਂਦੀ ਆ ਕੋਈ ਲਾਈਨ ਆਫ ਕ੍ਰੈਡਿਟ ਦੀ ਕੋਈ ਪੇਮੈਂਟ ਹੈਗੀ ਤੁਹਾਡੀ ਕਾਰ ਦੀ ਕੋਈ ਇੰਸਟਾਲਮੈਂਟ ਜਾ ਰਹੀ ਆ ਜਾਂ ਈਵਨ ਆਰਆਰਐਸਪੀ ਦਾ ਤੁਸੀਂ ਲੋਨ ਲਿਆ ਉਹਦੀ ਕੋਈ ਇੰਸਟਾਲਮੈਂਟ ਜਾ ਰਹੀ ਹੈ ਸੋ ਸਾਰੀਆਂ ਚੀਜ਼ਾਂ ਆਪਾਂ ਲੋਨ ਪ੍ਰੋਟੈਕਸ਼ਨ ਦੇ ਅੰਦਰ ਉਹਨੂੰ ਕਵਰ ਕਰ ਸਕਦੇ ਹਾਂ ਕਲੇਮ ਦੇ ਟਾਈਮ ਸਾਡੇ ਕੋਲ ਕੋਈ ਇਨਕਮ ਪ੍ਰੂਫ ਨਹੀਂ ਮੰਗਿਆ ਜਾਂਦਾ ਅਸੀਂ ਲੋਨ ਦਾ ਪ੍ਰੂਫ ਦੇਣਾ ਹੁੰਦਾ ਸੋ ਦੋਨੋਂ ਇੰਸ਼ੋਰੈਂਸ ਆਪਾਂ ਇਕੱਠੀਆਂ ਲੈ ਕੇ ਦੋਨੋਂ ਦਾ ਬੈਨੀਫਿਟ ਇਕੱਠਾ ਆਪਾਂ ਲੈ ਸਕਦੇ ਹਾਂ ਕੋਈ ਵੀ ਕੁਐਸਚਨ ਹੈਗਾ ਡਿਸੇਬਿਲਟੀ ਜਾਂ ਲੋਨ ਪ੍ਰੋਟੈਕਸ਼ਨ ਇੰਸ਼ੋਰੈਂਸ ਦੇ ਰਿਲੇਟਿਡ ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ ਡਿਸੇਬਿਲਟੀ ਹੈਗੀ ਆ ਤਾਂ ਆਪਣੇ ਲੋਨ ਨੂੰ ਪ੍ਰੋਟੈਕਟ ਕਰਨਾ ਜਾਂ ਡਿਸੇਬਿਲਟੀ ਤੁਹਾਡੀ ਸਿਰਫ ਇੰਜਰੀ ਨਾਲ ਰਿਲੇਟਿਡ ਹੈ ਮੋਸਟਲੀ ਜਿਹੜੀ ਹੁੰਦੀ ਹੈ ਆਪਣੇ ਕੋਲ ਇੰਜਰੀ ਰਿਲੇਟਿਡ ਹੁੰਦੀ ਹੈ ਤਾਂ ਉਸਦੇ ਉੱਪਰ ਤੁਸੀਂ ਸਿਕਨੈਸ ਐਡ ਕਰਨੀ ਹੈ ਜਾਂ ਤੁਸੀਂ ਆਊਟ ਆਫ ਪ੍ਰੋਵਿੰਸ ਜਾਂ ਤੁਸੀਂ US ਚ ਟਰੱਕ ਲੈ ਕੇ ਜਾਂਦੇ ਤਾਂ ਮੇਕ ਸ਼ੋਰ ਕਰੋ ਵੀ ਆਪਣੀ ਡਿਸੇਬਿਲਟੀ ਇੰਸ਼ੋਰੈਂਸ ਦੇ ਉੱਪਰ ਤੁਸੀਂ ਟਰੈਵਲ ਇੰਸ਼ੋਰੈਂਸ ਜ਼ਰੂਰ ਐਡ ਕੀਤੀ ਹੋਏ ਤਾਂ ਕਿ ਜੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਂ ਆਪਾਂ US ਦੇ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਆਪਾਂ ਸਿੱਕ ਹੋ ਜਾਂਦੇ ਹਾਂ ਤਾਂ ਸਾਰਾ ਹੋਸਪਿਟਲਾਈਜੇਸ਼ਨ ਦਾ ਖਰਚਾ ਜਿਹੜਾ ਹੈਗਾ ਇੰਸ਼ੋਰੈਂਸ ਕੰਪਨੀ ਵੱਲੋਂ ਕੀਤਾ ਜਾਂਦਾ ਨੰਬਰ ਹੈ ਜੀ ਮੇਰਾ 6474446-1616 ਕਿਸੇ ਵੀ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੇ ਰਿਲੇਟਿਡ ਕੋਈ ਕੁਐਸਚਨ ਹੈਗਾ ਆਰਆਰਐਸਪੀ ਆਰਈਐਸਪੀ ਜਾਂ ਟੀਐਸਐਸਏ ਨੂੰ ਡਿਸਕਸ ਕਰਨਾ ਚਾਹੁੰਦੇ ਅਗੇਨ ਜੀ ਨੰਬਰ ਮੇਰਾ 6474446-1616 ਥੈਂਕ ਯੂ ਸੋ ਮਚ ਜੀ ਬਿਲਕੁਲ ਦੋਸਤੋ ਨੰਬਰ ਦੁਬਾਰਾ ਨੋਟ ਕਰ ਲਓ ਉਮਰਪ੍ਰੀਤ ਚਾਵਲਾ ਜੀ ਦਾ ਸਿਕਿਓਰ ਲਾਈਫ ਦੇ ਨਾਲ ਜੁੜੇ ਹੋਏ ਨੇ 6474446-1616 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਥੈਂਕ ਯੂ ਸੋ ਮਚ ਉਮਰ ਜੀ ਸਾਡੇ ਨਾਲ ਜੁੜਨ ਦੇ ਲਈ ਗੌਰਵ ਨਰੂਲਾ ਸਾਹਿਬ ਵਾਟਰਲੂ ਕਿਚਨਰ ਕੇਮਬ੍ਰਿਜ ਦੇ ਵਿੱਚ ਘਰ ਲੈਣਾ ਹੈਗਾ ਕਾਲ ਕਰੋ ਗੌਰਵ ਨਰੂਲਾ ਸਾਹਿਬ 647-763-0730 6477-63-0730 ਤੇ ਇੱਕ ਹੋਰ ਨੰਬਰ ਤੁਹਾਨੂੰ ਦਿੰਦੇ ਹਾਂ ਬੜਾ ਕਮਾਲ ਦਾ ਮੋਰਗੇਜ ਕਰਵਾਉਣੀ ਹੈਗੀ ਹੈ ਜਯਾ ਸਚਦੇਵਾ ਜੀ ਨਾਲ ਜੁੜਨਾ ਹੈਗਾ ਜਯਾ ਸਚਦੇਵਾ ਜੀ ਬੜਾ ਕਮਾਲ ਦਾ ਕੰਮ ਕਰ ਰਹੇ ਨੇ
ਤੇ ਘਰ ਦੀ ਮੋਰਗੇਜ ਤੁਹਾਨੂੰ ਦਵਾਉਣਗੇ ਰੈਜ਼ੀਡੈਂਸ਼ੀਅਲ ਮੋਰਗੇਜ ਸਪੈਸ਼ਲਿਸਟ ਹੈਗੇ ਨੇ ਬੀਐਮਓ ਬੈਂਕ ਤੋਂ ਦਵਾਉਣਗੇ ਡਾਇਰੈਕਟ ਤੇ ਜਿਹੜੇ ਆਫਰ ਦੇ ਰਹੇ ਨੇ $2200 ਦਾ ਕੈਸ਼ਬੈਕ ਆਫਰ ਦੇ ਰਹੇ ਨੇ ਰੀਫਾਈਨਾਂਸ ਵਾਸਤੇ ਇਹਨਾਂ ਕੋਲ ਸਪੈਸ਼ਲ ਆਫਰ ਚੱਲ ਰਹੀ ਹੈ ਤੇ ਲੀਗਲ ਫੀਸ ਜਿਹੜੀ ਤੁਸੀਂ ਦੇਣੀ ਹੁੰਦੀ ਹੈ ਉਹ ਵੇਵਰ ਦੇ ਰਹੇ ਨੇ ਹੋਰ ਦੱਸੋ ਕੀ ਚਾਹੀਦਾ ਦੋਸਤੋ ਕਮਾਲ ਦਾ ਕੰਮ ਕਰ ਰਹੇ ਨੇ 519-781-3136 519-781-3136 ਜਿਆ ਸਚਦੇਵਾ ਜੀ ਨਾਲ ਕਨੈਕਟ ਕਰੋ ਨਜ਼ਾਰਾ ਲਿਆ ਦੇਣਗੇ ਗਿਫਟ ਹੀ ਗਿਫਟ 905-673-3337 ਸਟੂਡੀਓ ਦਾ ਨੰਬਰ ਆਓ ਚੱਲਦੇ ਹਾਂ ਅਗਲੀ ਕਾਲ ਵੱਲ ਜੇ ਕੌਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਹਾਂਜੀ ਠੀਕ ਆ ਵਧੀਆ ਤੁਸੀਂ ਤੇ ਅੱਜ ਕੰਮ ਸਾਰਿਆਂ ਨੂੰ ਖੁਸ਼ ਕਰਨ ਇਹੀ ਕੋਸ਼ਿਸ਼ ਰਹਿੰਦੀ ਹੈ ਸਾਰਿਆਂ ਨੂੰ ਖੁਸ਼ ਕਰੀਏ ਜੀ ਹਾਂਜੀ ਠੀਕ ਹੈ ਹਾਂਜੀ ਲਿਆਓ ਫਿਰ ਦੱਸੋ ਫਿਰ ਤੁਹਾਡੇ ਬਾਰੇ ਦੱਸੀਏ April 61 ਦਾ ਦੇਖੋ 61 ਦਾ ਲਓ ਜੀ ਲਓ ਮੈਂ ਪੁੱਤਰ ਜੀ ਉਹਨਾਂ ਨੂੰ ਬਿਲਕੁਲ ਬਿਲਕੁਲ ਤੁਸੀਂ ਬੜੇ ਹਾਰਡ ਵਰਕਿੰਗ ਹੋ ਜੀ ਬਹੁਤ ਬਹੁਤ ਹਾਰਡ ਵਰਕਿੰਗ ਹੋ ਤੇ ਤੁਹਾਡਾ ਜਿਹੜਾ ਪਿੱਛਾ ਬੈਕਗਰਾਉਂਡ ਰਿਹਾ ਨਾ ਬਹੁਤ ਹਾਰਡ ਵਰਕ ਕੰਮ ਕਰਕੇ ਇੱਥੇ ਤੱਕ ਪਹੁੰਚੋ ਬੜੇ ਇੰਟੈਲੀਜੈਂਟ ਹੋ ਬੜੇ ਰਿਲਾਇਬਲ ਹੋ ਕਿਸੇ ਨੂੰ ਕੋਈ ਧੋਖਾਧੜੀ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਕਦੇ ਵੀ ਆਉਂਦੀ ਹੈਗੀ ਤੇ ਨਾ ਕਦੇ ਕਿਸੇ ਤੋਂ ਚਾਹੁੰਦੇ ਹੋ ਵੀ ਤੁਹਾਨੂੰ ਕੋਈ ਤੁਹਾਡੀ ਕੋਈ ਪ੍ਰੇਜ਼ ਕਰੇ ਤੁਹਾਡੇ ਕੰਮ ਕੀਤੇ ਦੀ ਤੁਸੀਂ ਸਿਰਫ ਆਪਦਾ ਕੰਮ ਸਮਝਦੇ ਹੋ ਆਪਦੀ ਮਿਹਨਤ ਸਮਝਦੇ ਹੋ ਤੇ ਉਹ ਚੀਜ਼ ਕਰਦੇ ਹੋ ਇਟਸ ਰੀਅਲੀ ਟਰੂ ਕਿਆ ਯੂ ਫਾਈਂਡ ਆਊਟ ਬਸ ਇਹ ਬਾਬਾ ਨਾਨਕ ਨੇ ਜੀ ਉਹੀ ਕਰਾਈ ਜਾਂਦੇ ਨੇ ਸਾਡੇ ਤੋਂ ਸੱਚੇ ਪਾਤਸ਼ਾਹ ਵਾਹਿਗੁਰੂ ਬਿਲਕੁਲ ਬਾਬਾ ਨਾਨਕ ਹੀ ਸਾਰੀ ਚੀਜ਼ਾਂ ਕਰਾਉਂਦੇ ਨੇ ਥੈਂਕ ਯੂ ਕਿਰਪਾ ਕਰੇ ਤੁਹਾਡੇ ਤੇ ਵਾਹਿਗੁਰੂ ਸਾਹਿਬ ਧੰਨਵਾਦ ਜੀ ਧੰਨਵਾਦ ਥੈਂਕ ਯੂ ਬਿਲਕੁਲ ਦੋਸਤੋ ਖੁਸ਼ੀਆਂ ਵੰਡੀਏ ਖੁਸ਼ੀਆਂ ਹੀ ਮਿਲਣਗੀਆਂ ਉਹ ਜਿਵੇਂ ਮੈਨੂੰ ਯਾਦ ਆ ਜਾਂਦਾ ਹੁੰਦਾ ਛੋਟੇ ਹੁੰਦੇ ਮੋਗਲੀ ਦੇਖਦੇ ਹੁੰਦੇ ਸੀ ਮੋਗਲੀ ਦੇ ਹੱਥ ਦੇ ਵਿੱਚ ਸ਼ਿਕੰਜਾ ਜਿਹਾ ਹੁੰਦਾ ਹੁੰਦਾ ਜਦੋਂ ਸਿੱਟਦਾ ਸੀ ਅੱਗੇ ਮਾਰਦਾ ਸੀਗਾ ਤਾਂ ਬੈਕ ਆਉਂਦਾ ਸੀ ਮੈਂ ਉਹ ਐਗਜ਼ਾਮਪਲ ਨੂੰ ਬੜਾ ਯੂਜ਼ ਕਰਦਾ ਕਿਉਂਕਿ ਜਿਹੀ ਜਿਹੀਆਂ ਚੀਜ਼ਾਂ ਅਸੀਂ ਅੱਗੇ ਸਿੱਟਾਂਗੇ ਉਹੀ ਜਿਹੀਆਂ ਚੀਜ਼ਾਂ ਰਿਟਰਨ ਆਉਣਗੀਆਂ ਪਿਆਰ ਦੇਵਾਂਗੇ ਰਿਸਪੈਕਟ ਦੇਵਾਂਗੇ ਰਿਟਰਨ ਹੀ ਆਊਗੀ ਸਾਡੇ ਗੁਰੂ ਸਾਡੇ ਆਪਣੇ ਸਿੱਧਵਾਂ ਸਾਹਿਬ ਸਾਨੂੰ ਕਹਿੰਦੇ ਹੁੰਦੇ ਨੇ ਵੀ ਭਾਈ ਰਿਸਪੈਕਟ ਕਰਿਆ ਕਰੋ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਛੋਟੀਆਂ ਮੋਟੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ ਤੇ ਜ਼ਰੂਰ ਦੋਸਤੋ ਹਰ ਇੱਕ ਨੂੰ ਪਿਆਰ ਕਰੋ ਰਿਸਪੈਕਟ ਦਿਓ 905-673-3337 ਦੇ ਉੱਤੇ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਕਾਲਾਂ ਬੜੀ ਦੇਰ ਤੋਂ ਬਿਜ਼ੀ ਹੋਈਆਂ ਪਈਆਂ ਨੇ ਆਓ ਲੈਂਦੇ ਹਾਂ ਸਾਰੀਆਂ ਕਾਲਾਂ ਲਵਾਂਗੇ ਉਮੰਗ ਸਾਹਿਬ ਸਤਿ ਸ਼੍ਰੀ ਅਕਾਲ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਹਾਂਜੀ ਲਿਆ ਤੁਸੀਂ ਦੱਸੋ 95 ਬਸ ਜਿਸ ਤਰੀਕੇ ਦੀ ਸੋਚ ਹੈਗੀ ਹੈ ਚੰਗੀ ਜਿਹੜੀ ਸੱਚੀ ਸੁੱਚੀ ਸੋਚ ਹੈ ਉਹਨੂੰ ਬਰਕਰਾਰ ਰੱਖਿਓ ਕੋਈ ਚੀਜ਼ ਰੱਬ ਨੇ ਲੁਕੋ ਕੇ ਨਹੀਂ ਰੱਖਣੀ ਬਹੁਤ ਕਮਾਲ ਦੀ ਲਾਈਫ ਆਊਗੀ ਥੈਂਕ ਯੂ ਭਾਜੀ ਥੈਂਕ ਯੂ ਹਾਂਜੀ ਚੱਲਦੇ ਹਾਂ ਅਗਲੀ ਕਾਲ ਵੱਲ ਮਨਜੀਤ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਹਾਲ ਚਾਲ ਹੈ ਹਾਲ ਚਾਲ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਬਹੁਤ ਵਧੀਆ ਭਾਜੀ ਪਹਿਲਾਂ ਤਾਂ ਯੂ ਡਾਕਟਰ ਵਾਇਸ ਇਜ਼ ਸੋ ਸਵੀਟ ਥੈਂਕ ਯੂ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਵਧੀਆ ਲੱਗੀ ਵਾਏ ਵਾਹਿਗੁਰੂ ਬਲੈਸ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਭਾਜੀ ਉਹਨਾਂ ਦਾ ਜੀ ਸਮਾਇਰਾ ਜੀ ਸਮਾਇਰਾ ਕੌਰ ਸਮਾਇਰਾ ਇਜ਼ ਸੋ ਸਵੀਟ ਰੀਲੀ ਬਹੁਤ ਵਧੀਆ ਵਾਏ ਥੈਂਕ ਯੂ ਸਿਰ ਮੱਥੇ ਭਾਜੀ ਥੈਂਕ ਯੂ ਜੀ ਹਾਂਜੀ ਹਾਂਜੀ ਬਾਕੀ ਭਾਜੀ ਮੇਰੇ ਹੈਗੇ ਅਗਸਟ 20 1978 ਹਾਂਜੀ ਕਿਆ ਬਾਤ ਹੈ ਤੁਹਾਡੀ ਵੀ ਪਰਸਨੈਲਿਟੀ ਬੜੀ ਕਮਾਲ ਦੀ ਹੈਗੀ ਹੈ ਤੇ ਬਿਲਕੁਲ 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 ਬੜੇ ਸੱਚੇ ਸੋਚੇ ਸੋਚ ਵਾਲੇ ਬੰਦੇ ਜੀ ਬੜੇ ਫ੍ਰੀ ਹੋ ਦਿਮਾਗ ਤੋਂ ਕੋਈ ਲੋਡ ਲੈਣ ਵਾਲੇ ਬੰਦੇ ਨਹੀਂ ਹੈਗੇ ਇਹ ਤੇ ਹੋਰ ਜਿਹੜੀ ਮੇਨ ਚੀਜ਼ ਲਿਖੀ ਹੋਈ ਹੈ ਵੀ ਹਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਇੱਕ ਰਿਸਪੈਕਟ ਦਿੰਦੇ ਹੋ ਦਰਜਾ ਦਿੰਦੇ ਹੋ ਸਪੇਸ ਦਿੰਦੇ ਹੋ ਬੰਦੇ ਨੂੰ ਹਾਂ ਕਿਸੇ ਨੂੰ ਉਹ ਨੀ ਵੀ ਕਿਸੇ ਨੂੰ ਦੱਬ ਕੇ ਰੱਖਣ ਦੀ ਨੇਚਰ ਤੇ ਸਭ ਨਾਲ ਓਪਨਲੀ ਰਹਿਣੇ ਹੋ ਆਪਣੇ ਬਿਜ਼ਨਸ ਨੂੰ ਕਰਾਉਣਾ ਹੈਗਾ ਪ੍ਰਮੋਟ ਤੇ ਸਾਂਝ ਰੇਡੀਓ ਟੋਰਾਂਟੋ ਤੇ ਜੁੜੋ ਸਾਡੇ ਨਾਲ ਜੁੜੋ ਸਾਡੇ ਦੋਨਾਂ ਭਰਾਵਾਂ ਦੇ ਨੰਬਰ ਨੋਟ ਰੱਖਿਆ ਕਰੋ 6476077725 ਤੇ ਦੂਸਰਾ ਨੰਬਰ 6477706454 ਤੇ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ 905-673-3337 ਸਟੂਡੀਓ ਦੇ ਵਿੱਚ ਕਾਲ ਕਰੋ ਤੇ ਕਿਸੇ ਵੀ ਸਾਡੇ ਵੀਰ ਭਾਈ ਸੱਜਣ ਨੇ ਫ੍ਰੀ ਕੰਸਟਰਕਸ਼ਨ ਪ੍ਰੋਜੈਕਟ ਦੇਖ ਰਹੇ ਹੋ ਉਹਦੇ ਲਈ ਤੁਸੀਂ ਮੈਨੂੰ ਕਾਲ ਲਾ ਲਿਓ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਸਾਡੇ ਸਾਰੇ ਦੋਸਤਾਂ ਨੂੰ ਵੀ ਤੁਹਾਡਾ ਵੀਰ ਰਜਿੰਦਰ ਸਿੰਘ ਵੀ ਹੁਣ ਰੀਅਲਟਰ ਹੈਗਾ ਐ ਸੇਵ ਮੈਕਸ ਦੇ ਨਾਲ ਤੇ ਜ਼ਰੂਰ ਬੜੇ ਕਮਾਲ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਆਏ ਨੇ ਇੱਕ ਮੇਰੇ ਕੋਲ ਜਾਰਜ ਟਾਊਨ ਦੇ ਵਿੱਚ ਟਾਊਨ ਹੋਮ ਆਇਆ ਹੈਗਾ ਬੜਾ ਕਮਾਲ ਦਾ ਜਿਹਦੀ ਨਵਾਂ ਘਰ ਹੈਗਾ ਸਿਰਫ 1,050,000 ਦੇ ਵਿੱਚ 1,050,000 ਦੇ ਵਿੱਚ ਤੇ ਜੁਲਾਈ ਜੂਨ ਦੇ ਵਿੱਚ ਉਹਦੀ ਕਲੋਜ਼ਿੰਗ ਹੈ ਬਿਲਕੁਲ ਨਵਾਂ ਘਰ ਹੈ ਦੋਸਤੋ
ਪਹਿਲੇ ਘਰ ਦਾ ਜਿਹਨੂੰ ਹੋਊਗਾ ਤੁਸੀਂ ਲਾਓਗੇ ਉਹ ਵੀ ਜਾਰਜ ਟਾਊਨ ਦੇ ਵਿੱਚ ਇੰਨਾ ਸਸਤਾ ਘਰ ਮਿਲਣਾ ਉਹ ਵੀ ਨਵਾਂ ਘਰ ਮਿਲਣਾ ਮੈਨੂੰ ਕਾਲ ਲਾ ਲਿਓ 905-673-3337 ਸਟੂਡੀਓ ਦਾ ਨੰਬਰ ਪਰ ਮੇਰਾ ਡਾਇਰੈਕਟ ਨੰਬਰ 647-607-7725 647-607-7725 ਤੇ ਚੱਲਦੇ ਹਾਂ ਅਗਲੀ ਕਾਲ ਵੱਲ 550 ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਬੜੀਆਂ ਟੇਢੀਆਂ ਮੇਢੀਆਂ ਜੋ ਦਿਮਾਗ ਸੋਚਾਂ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਸੋਚਾਂ ਨੂੰ ਉਲਝਾ ਦਿੰਦੇ ਹੋ ਪਰ ਤੁਸੀਂ ਆਪ ਨੀ ਉਲਝਦੇ ਹੈਗੇ ਤੇ ਜੇ ਕਿਸੇ ਨੂੰ ਪਿਆਰ ਕਰਦੇ ਹੋ ਤੇ ਫਿਰ ਦਿਲੋਂ ਕਰਦੇ ਹੋ ਨਹੀਂ ਕਿਸੇ ਨੂੰ ਕਰਦੇ ਕਿਆ ਬਾਤ ਆ ਦਿਲ ਖੁਸ਼ ਕਰਤਾ ਥੈਂਕ ਯੂ ਭਾਜੀ ਥੈਂਕ ਯੂ ਹੁਣ ਤੁਹਾਡੇ ਜਿਹੜੀ ਲਾਸਟ ਵਾਲੀ ਲਾਈਨ ਆ ਨਾ ਇਹ ਤਾਂ ਫਿਰ ਤੁਹਾਡੇ ਮੈਡਮ ਨੂੰ ਖੁਸ਼ ਹੋਣਾ ਚਾਹੀਦਾ ਵੀ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ ਦਿਲੋਂ ਕਰਦੇ ਹੋ ਬਿਲਕੁਲ ਦੋਸਤੋ ਬਿਲਕੁਲ 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 ਖੁਸ਼ੀਆਂ 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 ਪਿਆਰ 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 ਰਿਸਪੈਕਟ 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 ਇੱਕ ਦੂਜੇ ਦੀ 905-673-3337 ਮਨਦੀਪ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਪਰਮਾਤਮਾ ਨੇ ਸਭ ਚੰਗਾ ਬਣਾਇਆ ਠੀਕ ਹੈ ਜੀ ਬੜੇ ਹਾਰਡ ਵਰਕਰ ਹੋ ਭਾਜੀ ਬਹੁਤ ਹਾਰਡ ਵਰਕਿੰਗ ਇਨਸਾਨ ਹੋ ਤੇ ਬਹੁਤ ਇੰਟੈਲੀਜੈਂਟ ਹੋ ਬਹੁਤ ਰਿਲਾਇਬਲ ਹੋ ਹਰ ਬੰਦਾ ਤੁਹਾਡੇ ਤੇ ਵਿਸ਼ਵਾਸ ਕਰ ਸਕਦਾ ਤੇ ਬੜਾ ਕੋਈ ਡਿਮਾਂਡ ਤੁਹਾਨੂੰ ਕਿਸੇ ਤੋਂ ਡਿਮਾਂਡ ਨੀ ਹੁੰਦੀ ਵੀ ਤੁਹਾਡੀ ਕੋਈ ਬੰਦਾ ਪ੍ਰੇਜ਼ ਕਰੇ ਤੁਸੀਂ ਕੰਮ ਕਰਦੇ ਹੋ ਮਿਹਨਤ ਕਰਦੇ ਹੋ ਪਰ ਕਿਸੇ ਤੋਂ ਕੋਈ ਬਾਲਾ ਨੀ ਵੀ ਤੁਹਾਡੀ ਕੋਈ ਪੁੱਛੂ ਪੁੱਛੂ ਕਰੇ ਬਸ ਤੁਸੀਂ ਆਪਦਾ ਕੰਮ ਤੇ ਆਪਦੀ ਮਿਹਨਤ ਦੇ ਉੱਤੇ ਹੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਹੋ ਬਿਲਕੁਲ ਸਹੀ ਗੱਲ ਸਹੀ ਕਿਹਾ ਭਾਜੀ ਹਾਂਜੀ ਹਾਂਜੀ ਬਿਲਕੁਲ ਸਹੀ ਥੈਂਕ ਯੂ ਭਾਜੀ ਥੈਂਕ ਯੂ ਓਕੇ ਜੀ ਚੱਲਦੇ ਹਾਂ ਜੀ ਅਗਲੀ ਕਾਲ ਵੱਲ ਸੁਰਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ ਵਧੀਆ ਜੀ ਅੱਜ ਪਹਿਲੇ ਦਿਨ ਗੱਲ ਸੀ ਸ਼ੋਅ ਤੇ ਨਵੀਂ ਭਾਜੀ ਦਾ ਫੋਨ ਕੀਤਾ ਸੀ ਅੱਛਾ ਪਰ ਅੱਜ ਤੁਹਾਡੇ ਮਤਲਬ ਪ੍ਰੋਗਰਾਮ ਤੇ ਪਹਿਲੇ ਦਿਨ ਅੱਛਾ ਨਾ ਨਾ ਕਰਿਆ ਕਰੋ ਐਵਰੀ ਹਾਂਜੀ ਨਵੀਂ ਭਾਈ ਤੋਂ ਬਾਅਦ ਆਪਣਾ ਪ੍ਰੋਗਰਾਮ ਆਉਂਦਾ ਹੁੰਦਾ ਨਵੀਂ ਭਾਈ 6 ਤੋਂ 9 ਹੁੰਦੇ ਨੇ ਫਿਰ 9 ਤੋਂ 10 ਆਪਣਾ ਹੁੰਦਾ ਹਾਂਜੀ ਹਾਂਜੀ ਤੁਹਾਨੂੰ ਤਾਂ ਸੁਣੀ ਦਈਏ ਪਰ ਫੋਨ ਦੀ ਲੌਂ ਵੀ ਮਦਨੀ ਪਈ ਕਈ ਵਾਰੀ ਹਨਾ ਵੀ ਮਤਲਬ ਗੱਡੀ ਗੱਡੀ ਚਲਾਉਂਦੇ ਹੋਈ ਦਾ ਫਿਰ ਥੋੜਾ ਜਿਹਾ ਹੋ ਜਾਂਦਾ ਨਾ ਵੀ ਮਤਲਬ ਇਸ ਟਾਈਮ ਥੋੜਾ ਜਿਹਾ ਬਿਜ਼ੀ ਹੁੰਦਾ ਸ਼ਡਿਊਲ ਵੀ ਨਹੀਂ ਨਹੀਂ ਠੀਕ ਹੈ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਕਰਿਆ ਕਰੋ ਹਾਂਜੀ 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 ਭਾਜੀ ਹੋਰ ਵਧੀਆ ਭਾਜੀ ਬਹੁਤ ਵਧੀਆ ਲਿਆਓ ਈਅਰ ਲਿਆਓ ਦੇਖੀਏ ਤੁਹਾਡੇ ਬਾਰੇ ਭਾਜੀ 91 ਜੀ 91 ਕਿਆ ਬਾਤ ਆ ਬੜੀ ਕਮਾਲ ਦੀ ਪਰਸਨੈਲਿਟੀ ਤੇ ਕਿਆ ਬਾਤ ਆ ਬੜਾ ਪਿਆਰ ਕਰਦੇ ਹੋ ਜੀ ਤੇ ਲੋਕ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਤੇ ਦੂਜਿਆਂ ਵਾਸਤੇ ਸੋਚਦੇ ਹੋ ਬਹੁਤ ਸੋਚਦੇ ਦੂਜਿਆਂ ਵਾਸਤੇ ਆਪਦਾ ਨੁਕਸਾਨ ਝੱਲ ਲਓਗੇ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਣ ਦੋਗੇ ਇਹ ਇਹ ਬੜੀ ਵਧੀਆ ਕਮਾਲ ਦੀ ਚੀਜ਼ ਲਿਖੀ ਹੈ ਇਹ ਪਰਮਾਤਮਾ ਨੇ ਹਰ ਬੰਦੇ ਦੇ ਵਿੱਚ ਨਹੀਂ ਪਾਈ ਹੁੰਦੀ ਤੁਹਾਡੇ ਅੰਦਰ ਹੈਗੀ ਹੈ ਚੀਜ਼ ਠੀਕ ਹੈ ਥੈਂਕ ਯੂ ਭਾਈ ਮੈਂ ਸਪੀਡ ਵਧਾਤੀ ਹੁਣ ਗੱਡੀ ਦੀ ਨਾ 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 ਆਰਾਮ ਨਾਲ ਜਾਣਾ ਆਪਾਂ ਨੇ ਘਰੇ ਜਾਣਾ ਆਪਾਂ ਨੇ ਆਰਾਮ ਨਾਲ ਜਾਣਾ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਓਕੇ ਭਾਜੀ ਓਕੇ ਗੁਰਮੀਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਬਸ ਜੀ ਮੇਰਾ ਰੱਬ ਜੀ ਚਲੋ ਮੈਂ ਨੰਬਰ 3 ਨਹੀਂ ਸੀ ਆਪਣੀ ਵਾਈਫ ਸੀ ਅੱਛਾ ਹਾਂਜੀ ਦੱਸੋ ਅੱਛਾ ਲਿਓ ਲਿਓ ਦੱਸੋ 1998 ਆਈ 1988 ਜੀ ਸੌਰੀ 98 ਸੌਰੀ ਲਓ ਜੀ ਲਓ ਕਿਆ ਬਾਤ ਆ ਉਹਨਾਂ ਦੀ ਵੀ ਬੜੀ ਪਰਸਨੈਲਿਟੀ ਬੜੀ ਵਧੀਆ ਜੀ ਉਹ ਬੜੇ ਸਟਰੋਂਗ ਨੇ ਜੀ ਤੇ ਬੜੇ ਐਕਟਿਵ ਨੇ ਤੇ ਹਰ ਚੈਲੰਜ ਨੂੰ ਐਕਸੈਪਟ ਕਰਦੇ ਨੇ ਤੇ ਜ਼ਿੰਦਗੀ ਦੇ ਵਿੱਚ ਐਡਵੈਂਚਰਸ ਨੇ ਜ਼ਿੰਦਗੀ ਨੂੰ ਇੰਜੋਏ ਕਰਦੇ ਨੇ ਰਾਦਰ ਦੈਨ ਹਰ ਦਿਨ ਰੋਂ ਰੋਂ ਨਹੀਂ ਕਰਦੇ ਜ਼ਿੰਦਗੀ ਨੂੰ ਇੰਜੋਏ ਕਰਦੇ ਨੇ ਅਗਲੀ ਕਾਲ ਵੱਲ ਜਗਤਾਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਜੀ 1982
82 क्या बात है तुसी ता बड़े कमाल दे इंसान हो बड़े लॉयल हो जी बड़े ऑनेस्ट हो ते बड़े कमाल दे दोस्त हो जे थोड़ा कोई दोस्त बन जे थोड़ा कोई तुसी बड़ा ख्याल रखदे हो आपदे दोस्त दा ते आपदे वाइफ दे बड़े रिलायबल पार्टनर हो थोड़ी वाइफ नू माण होना चाहिए थोड़े ते ਤੁਹਾਡੇ ਦੋਸਤਾਂ ਨੂੰ ਤੁਹਾਡੇ ਉੱਤੇ ਮਾਣ ਹੋਣਾ ਚਾਹੀਦਾ ਜਿਸ ਤਰੀਕੇ ਦੇ ਤੁਸੀਂ ਤੇ ਉਹ ਲੋਕਾਂ ਨੂੰ ਤੁਹਾਡੇ ਤੇ ਮਾਣ ਹੋਣਾ ਚਾਹੀਦਾ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਕਿਉਂਕਿ ਤੁਸੀਂ ਬਹੁਤ ਓਨੈਸਟ ਹੋ ਬਹੁਤ ਲਾਇਲ ਇਨਸਾਨ ਹੋ ਹਾਂਜੀ ਭਾਈ ਹਾਂਜੀ ਸਹੀ ਕਿਹਾ ਜੀ ਤੁਸੀਂ ਬਾਹਲਾ ਆਪਦੀ ਤਾਰੀਫ ਨਹੀਂ ਸੁਣ ਕੇ ਰਾਜੀ ਹੈਗੇ ਮੈਂ ਸਮਝ ਗਿਆ ਜੀ ਮੈਂ ਕਿਹਾ ਤੁਸੀਂ ਤਾਰੀਫ ਨਹੀਂ ਸੁਣ ਕੇ ਪਰ ਤੁਹਾਡੇ ਤੁਸੀਂ ਬੜੇ ਕਮਾਲ ਦੇ ਇਨਸਾਨ ਹੋ ਪਰਮਾਤਮਾ ਹਮੇਸ਼ਾ ਐਵੇਂ ਹੀ ਰੱਖੇ ਤੁਹਾਨੂੰ ਥੈਂਕ ਯੂ ਤੇ ਇੱਕ ਕਾਲ ਛੋਟੀ ਜੀ ਹੋਰ ਲੈਂਦੇ ਹਾਂ ਉਮਰ ਸਾਹਿਬ ਸਤਿ ਸ਼੍ਰੀ ਅਕਾਲ ਕਿਆ ਬਾਤ ਆ ਭਾਜੀ ਤੁਸੀਂ ਵੀ ਬੜੇ ਲੋਇਲ ਇਨਸਾਨ ਹੋ ਬੜੇ 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 ਕਮਾਲ ਦੇ ਦੋਸਤੋ ਤੇ ਕਮਾਲ ਦੇ ਪਾਰਟਨਰ ਹੋ ਆਪਦੀ ਮਤਲਬ ਵਾਈਫ ਨੂੰ ਵੀ ਤੁਹਾਡੇ ਤੇ ਮਾਣ ਹੋਣਾ ਚਾਹੀਦਾ ਤੁਹਾਡੇ ਦੋਸਤਾਂ ਨੂੰ ਵੀ ਬੜਾ ਕਮਾਲ ਦੇ ਇਨਸਾਨ ਹੋ ਤੁਸੀਂ ਵੀ ਬੜੀ ਮਿਹਰਬਾਨੀ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਬਿਲਕੁਲ ਦੋਸਤੋ ਕਮਾਲ ਦਾ ਅੱਜ ਕਮਾਲ ਦੋਸਤੋ 56 ਹੋ ਚੁੱਕੇ ਨੇ ਕਾਲਾਂ ਪੂਰੀਆਂ ਬਿਜ਼ੀ ਚੱਲ ਰਹੀਆਂ ਨੇ ਇਸ ਟਾਈਮ ਇੱਕ ਕਾਲ ਛੁੱਟੀ ਜੀ ਲੈਣੇ ਆ ਹੋਰ ਅਭਿਮਨਿਉ ਬੜਾ ਪਿਆਰਾ ਨਾਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਬਹੁਤ ਵਧੀਆ ਤੁਹਾਡਾ ਨਾਮ ਬੜਾ ਪਿਆਰਾ ਕਿਹਨੇ ਰੱਖਿਆ ਲੜਾਈ ਬਾਰੇ ਪਤਾ ਪਾਕਿਸਤਾਨ ਦੇ ਕਹਿੰਦੇ ਜੋ ਤਾਂ ਮੈਂ ਪੈਦਾ ਨੀ ਹੋਇਆ ਸੀਗਾ ਚਲੋ ਆਪਾਂ ਕਿਸ ਦਾ ਨਾਂ ਨੀ ਲੈਣਾ ਹੈਗਾ ਨਾ ਆਪਾਂ ਤਾਂ ਚੰਗੀਆਂ ਗੱਲਾਂ ਕਰਨੀਆਂ ਨੇ ਤੇ ਜੀ ਹੁਣ ਕਿਆ ਬਾਤ ਹੈ ਤੁਸੀਂ ਜੀ ਕਿਆ ਬਾਤ ਹੈ ਤੁਸੀਂ ਬੜੇ ਸਟਰੋਂਗ ਹੋ ਜੀ ਬੜੇ ਡਾਊਨ ਟੂ ਅਰਥ ਹੋ ਤੇ ਬਿਲਕੁਲ ਦੂਜੇ ਤੋਂ ਜੇ ਜਿਹਨੂੰ ਜਿਹਨਾਂ ਨਾਲ ਪਿਆਰ ਕਰਦੇ ਹੋ ਤੇ ਉਹ ਤੋਂ ਪਿਆਰ ਹੀ ਪਾਲਦੇ ਹੋ ਸੇਮ ਰਿਸਪੈਕਟ ਹੀ ਪਾਲਦੇ ਹੋ ਜਿਹੀ ਜਿਹੀ ਰਿਸਪੈਕਟ ਅੱਗੇ ਕਿਸੇ ਨੂੰ ਦਿੰਦੇ ਹੋ ਠੀਕ ਹੈ ਜੀ ਚੰਗੀ ਗੱਲ ਦੱਸਦੀ ਕੁਛ ਨੀ ਹੋਣਾ ਪੋਜ਼ਿਟਿਵ ਬਿਲਕੁਲ ਬਿਲਕੁਲ ਟਾਈਮ ਬੜਾ ਥੋੜਾ ਹੈਗਾ ਦੋਸਤੋ ਤੇ ਹੁਣ ਮੈਂ ਤੁਹਾਨੂੰ ਜਾਂਦਾ ਜਾਂਦਾ ਸੁਨੇਹੇ ਦੇ ਦਾਂ ਲਾਈਫ ਇੰਸ਼ੋਰੈਂਸ ਦੇ ਲਈ ਉਮਰਪ੍ਰੀਤ ਚਾਵਲਾ ਜੀ ਦਾ ਨੰਬਰ ਨੋਟ ਰੱਖੋ 647-446-1616 ਤੇ ਮੋਰਗੇਜ ਦੇ ਲਈ ਨੰਬਰ ਨੋਟ ਕਰ ਲਓ ਸਚਦੇਵਾ ਜੀ ਦਾ ਜਿਆ ਸਚਦੇਵਾ ਜੀ ਬੜਾ ਕਮਾਲ ਦਾ ਕੰਮ ਕਰ ਰਹੇ ਹੈਗੇ ਨੇ ਸਪੈਸ਼ਲਿਸਟ ਨੇ ਮੋਰਗੇਜ ਰੈਜੀਡੈਂਸ਼ੀਅਲ ਮੋਰਗੇਜ ਵਾਸਤੇ $2200 ਦਾ ਕੈਸ਼ਬੈਕ ਦੇਣਗੇ ਰੀਫਾਈਨਾਂਸ ਸਪੈਸ਼ਲ ਆਫਰ ਹੈ ਰੀਫਾਈਨਾਂਸ ਵਾਸਤੇ ਲੀਗਲ ਫੀਸ ਜਿਹੜੀ ਉਹ ਵੀ ਵੇਵ ਕਰਕੇ ਦੇਣਗੇ ਨੰਬਰ ਨੋਟ ਰੱਖੋ 519-781-3136 519-781-3136 ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਦੀ ਭਾਲ ਦੇ ਵਿੱਚੋਂ ਜਾਰਜ ਟਾਊਨ ਦੇ ਵਿੱਚ ਘਰ ਲੈਣਾ ਮੈਨੂੰ ਫੋਨ ਲਾ ਲਿਓ 647-6077725 ਤੇ ਜੇ ਆਈਫੋਨ ਜਿੱਤਣਾ ਤਾਂ ਜਸ ਮਾਨ ਜੀ ਨੂੰ ਕਾਲ ਕਰਿਓ ਉਹਨਾਂ ਥਰੂ ਪ੍ਰੋਪਰਟੀ ਖਰੀਦੋ ਵਿੱਚੋਂ ਜਸ ਮਾਨ ਜੀ ਨੂੰ ਫੋਨ ਕਰਨਾ 647-8080-12 ਤੇ ਸਰਪ੍ਰਾਈਜ਼ ਗਿਫਟ ਲੈਣਾ ਉਹ ਗੌਰਵ ਨਰੂਲਾ ਸਾਹਿਬ ਦੇਣਗੇ ਘਰ ਲੈਣਾ ਵਾਟਰਲੂ ਕਿਚਨਰ ਕੇਂਬਰਿਜ ਦੇ ਵਿੱਚ 647-6063-073-0 647-763-0730 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਕਮਰਸ਼ੀਅਲ ਮੋਰਗੇਜ ਲੈਣੀ ਹੈ ਰੈਜ਼ੀਡੈਂਸ਼ੀਅਲ ਮਯੰਕ ਪਟਨਾਗਰ ਸਾਹਿਬ 647-702-2023 ਤੇ ਹੁਣ ਟਾਈਮ ਹੈ ਨਹੀਂ ਗਾ ਬਸ ਇੱਕ ਇੱਕ ਸਕਿੰਟ ਦੀ ਕਾਲ ਲਵਾਂਗੇ ਨਰਿੰਦਰ ਜੀ ਜਲਦੀ ਦੱਸਿਓ ਤੁਹਾਡਾ ਡੇਟ ਆਫ ਬਰਥ ਟਾਈਮ ਰਹਿ ਗਿਆ ਬੜਾ ਥੋੜਾ ਹਾਂਜੀ 3 August 1969 ਜੀ ਹਾਂਜੀ ਤੁਹਾਡਾ ਹੈਗਾ ਜੀ ਬੜੇ ਸਟਰੋਂਗ ਹੋ ਜੀ ਤੇ ਬੜੇ ਡਾਊਨ ਟੂ ਅਰਥ ਹੋ ਥੈਂਕ ਯੂ ਬਾਜੀ ਥੈਂਕ ਯੂ ਟਾਈਮ ਥੋੜਾ ਕੱਲ ਨੂੰ ਗੱਲ ਕਰਾਂਗੇ ਥੈਂਕ ਯੂ ਨਰਿੰਦਰ ਜੀ ਜਲਦੀ ਨਰਿੰਦਰ ਜੀ ਸਤਿ ਸ਼੍ਰੀ ਅਕਾਲ ਜਲਦੀ ਦੱਸਿਓ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ 1994 ਬੜੇ ਲੋਇਲ ਇਨਸਾਨ ਹੋ ਜੀ ਬੜੇ ਓਨੈਸਟ ਹੋ ਤੇ ਨਾਲੇ ਦੋਸਤਾਂ ਵਾਸਤੇ ਨਾਲੇ ਆਪਦੇ ਪਾਰਟਨਰ ਵਾਸਤੇ ਸਾਰੀ ਦੁਨੀਆਂ ਵਾਸਤੇ ਓਨੈਸਟ ਹੋ ਥੈਂਕ ਯੂ ਬਾਜੀ
रखो अपना ख्याल सत श्रीकाल करते रहो सब नू प्यार सुनते रहो सांझ रेडियो टोरंटो The opinions expressed in the following program are those of the host and their guests and do not reflect the views and opinions of the management and staff of CHLO AM 530. The opinions expressed in the following program are those of the host and their guests. Gurvinder ji, je tusi dekh rahe hage ho 94 94 main tuhanu dass dinna hega show ta apna hun nipad gaya par main tuhanu Facebook te hi dass dinna 94 बिल्कुल भाजी बड़े लॉयल हो जिवें मैं पहला दस्या सेम है तुहाडा बड़े लॉयल हो आपके पार्टनर वास्ते भी आपके फ्रेंड्स वास्ते भी ते रखो अपना ख्याल थैंक यू सो मच सत श्री अकाल